ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਸ਼ੋਅ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਆਉਂਦੇ ਹਾਂ ਉਹਨਾਂ ਸਾਰੇ ਭਗਦੀਆਂ ਮਸਲਿਆਂ ਦੀ ਗੱਲ ਕਰਦੇ ਹਾਂ, ਭਾਵੇਂ ਉਹ ਮਸਲਾ ਸਾਡੀ ਮਦਰਲੈਂਡ ਪੰਜਾਬ ਦੇ ਨਾਲ ਸੰਬੰਧਿਤ ਹੋਵੇ ਜਾਂ ਫਿਰ ਸਾਡੀ ਕਰਮ ਭੂਮੀ ਅਮੈਰੀਕਾ ਦੇ ਨਾਲ ਸੰਬੰਧਿਤ ਹੋਵੇ। ਜ਼ਿੰਮੇਵਾਰੀ ਸਮਝਦੇ ਹੋਏ ਜਸ ਪੰਜਾਬੀ ਹਮੇਸ਼ਾ ਇਸ ਮੰਚ ਦੇ ਉੱਤੇ ਨਿਰਪੱਖ ਗੱਲ ਕਰਦਾ। ਦੋਵੇਂ ਪਾਰਟੀਆਂ ਨੂੰ ਭਾਵੇਂ ਉਹ ਹਾਕਮ ਸਰਕਾਰ ਹੋਵੇ ਵਿਰੋਧੀ ਧਿਰ ਹੋਵੇ ਉਹਨਾਂ ਨੂੰ ਲੈ ਕੇ ਆਉਂਦਾ ਔਰ ਆਪਣੀ ਗੱਲ ਰੱਖਣ ਦਾ ਮੌਕਾ ਦਿੰਦਾ। ਇਸੇ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਜਸ ਪੰਜਾਬੀ ਵੀ ਅੱਜ ਵੀ ਤੁਹਾਡੀ ਖਿਦਮਤ ਦੇ ਵਿੱਚ ਅਜਿਹਾ ਮੁੱਦਾ ਲੈ ਕੇ ਆਇਆ। ਸਭ ਤੋਂ ਜ਼ਿਆਦਾ ਗਰਮ ਇਸ ਟਾਈਮ ਮੁੱਦਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹਨ। ਜਿੱਥੇ ਪੰਜਾਬ ਦੀ ਚੋਣਾਂ ਦੀ ਅਸੀਂ ਗੱਲ ਕਰਦੇ ਹਾਂ ਪਰ ਜਿਸ ਮਦਰਲੈਂਡ ਤੋਂ ਆਪਾਂ ਆਏ ਹਾਂ ਉੱਥੇ ਵੀ ਆਪਾਂ ਚੋਣਾਂ ਵੇਖੀਆਂ ਔਰ ਇਲੈਕਸ਼ਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ, ਉੱਥੇ ਉਹਨੂੰ ਫੈਸਟੀਵਲ ਦੇ ਵਰਗਾ ਬਣਾਇਆ ਜਾਂਦਾ ਕਿ ਕੋਈ ਫੈਸਟੀਵਲ ਆ ਗਿਆ। ਜਦ ਇਲੈਕਸ਼ਨ ਹੁੰਦੇ ਹਨ ਪੰਜਾਬ ਦੇ ਵਿੱਚ ਤਾਂ ਐਵੇਂ ਲੱਗਦਾ ਕਿ ਕੋਈ ਫੈਸਟੀਵਲ ਆਉਣ ਵਾਲਾ। ਅਜਿਹਾ ਹੀ ਮਾਹੌਲ ਅਮੈਰੀਕਾ ਦੇ ਵਿੱਚ ਬਣਿਆ ਹੋਇਆ, ਲੱਗਦਾ ਕਿ 3 ਨਵੰਬਰ ਨੂੰ ਕੋਈ ਬਹੁਤ ਵੱਡਾ ਫੈਸਟੀਵਲ ਹੈ ਪਰ ਉਹ ਫੈਸਟੀਵਲ ਨਹੀਂ ਸਗੋਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੈ। ਦੋਵੇਂ ਪਾਰਟੀਆਂ ਨੇ ਕਮਰ ਕੱਸ ਲਈ ਹੈ, ਦੋਵੇਂ ਪਾਰਟੀਆਂ ਨੇ ਮੈਦਾਨ ਦੇ ਵਿੱਚ ਆਪਣੀ ਕੈਂਡੀਡੇਟ ਉਤਾਰ ਦਿੱਤੇ ਹਨ, ਦੋਵੇਂ ਪਾਰਟੀਆਂ ਨੇ ਵੋਟਰਾਂ ਨੂੰ ਰੁਝਾਉਣ ਦੇ ਲਈ ਆਪਣੀ ਗੱਲ ਸਮਝਾਉਣੀ ਸ਼ੁਰੂ ਕਰਤੀ ਹੈ ਔਰ ਦੋਵੇਂ ਪਾਰਟੀਆਂ ਨੇ ਆਪਣੀ ਜਿੱਤ ਨੂੰ ਮੰਨ ਲਿਆ ਕਿ ਅਸੀਂ ਜਿੱਤਾਂਗੇ। ਪਰ ਖੈਰ, ਜਦ ਪਹਿਲੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਕੱਲ੍ਹ ਹੋਈ, ਕਿਆ ਸਰਾਈਆਂ ਸੀਗੀਆਂ ਕਿ ਇਸ ਡਿਬੇਟ ਦੇ ਵਿੱਚ ਅਹਿਮ ਮੁੱਦੇ ਸਾਹਮਣੇ ਆਉਣਗੇ। ਜਿੱਥੇ ਕੰਟਰੀ ਅੱਜ ਇਸ ਮਹਾਂਮਾਰੀ ਤੋਂ ਗੁਜ਼ਰ ਰਹੀ ਹੈ, ਇਸ ਕੰਟਰੀ ਦੇ ਵਿੱਚ ਕਈ ਸਾਰੇ ਚੈਲੰਜਸ ਨੇ ਜਿਨ੍ਹਾਂ ਨੂੰ ਇਸ ਡਿਬੇਟ ਦੇ ਉੱਤੇ ਇਸ ਫਸਟ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਵਿੱਚ ਉਹ ਮੁੱਦੇ ਲਿਆਉਂਦੇ ਵੀ ਗਏ। ਜੋ ਬਾਈਡਨ ਅਤੇ ਡੋਨਲਡ ਟਰੰਪ ਦੇ ਵਿੱਚ ਹੋਈ ਇਸ ਬਹਿਸ ਨੇ ਇੱਕ ਨਵੀਂ, ਮੈਂ ਕਹਾਂਗਾ ਉਮੀਦਾਂ, ਜਿਹੜੇ ਕਿ ਵੋਟਰਸ ਹਜੇ ਤੱਕ ਆਪਣਾ ਮਨ ਨਹੀਂ ਬਣਾ ਪਾਏ ਸੀਗੇ ਕਿ ਕਿਹਨੂੰ ਵੋਟ ਕਰੀਏ। ਹੋ ਸਕਦਾ ਕਿ ਕਈਆਂ ਨੇ ਮਨ ਬਣਾਇਆ ਹੋਏ ਔਰ ਕਈਆਂ ਦਾ ਮਨ ਬਦਲਿਆ ਵੀ ਹੋਏ। ਅੱਜ ਤੁਸੀਂ ਇਸ ਮੰਚ ਦੇ ਉੱਤੇ ਉਹ ਸਾਰੀ ਗੱਲਾਂ ਸਾਡੇ ਨਾਲ ਸਾਂਝੀਆਂ ਕਰੋਗੇ। ਇਹ ਡਿਬੇਟ ਇਕਨੋਮੀ ਨੂੰ ਲੈ ਕੇ ਹੋਈ, ਕੋਵਿਡ-19 ਨੂੰ ਲੈ ਕੇ ਹੋਈ ਔਰ ਸੁਪਰੀਮ ਕੋਰਟ ਨੂੰ ਲੈ ਕੇ ਹੋਈ। ਇੱਕ ਦੂਜੇ ਦੇ ਉੱਤੇ ਤੰਜ ਕਸੇ ਗਏ, ਆਰੋਪ ਪ੍ਰਤਿਆਰੋਪ ਤਾਂ ਅਸੀਂ ਵੇਖਦੇ ਹੀ ਹਾਂ, ਪਰ ਵਰਲਡ ਦੀ ਸਭ ਤੋਂ ਪਾਵਰਫੁੱਲ ਕੰਟਰੀ ਦੇ ਹੋਣ ਵਾਲੇ ਸਭ ਤੋਂ ਪਾਵਰਫੁੱਲ ਪ੍ਰੈਜ਼ੀਡੈਂਟ ਅਤੇ ਇੱਕ ਪਾਰਟੀ ਦੇ ਨੋਮੀਨੀ ਰਿਪਬਲਿਕਨ ਪਾਰਟੀ ਤੋਂ ਡੋਨਲਡ ਟਰੰਪ ਅਤੇ ਉੱਥੇ ਦੂਜੇ ਪਾਸੇ ਡੈਮੋਕ੍ਰੈਟ ਪਾਰਟੀ ਤੋਂ ਨੋਮੀਨੀ ਜੋ ਬਾਈਡਨ ਆਪਣੀ ਗੱਲ ਕਹਿੰਦੇ ਹੋਏ ਆਲ ਓਵਰ ਵਰਲਡ ਨੂੰ ਨਜ਼ਰ ਆਏ। ਪਰ ਇਹਦੇ ਵਿੱਚ ਸਾਡਾ ਫਾਇਦਾ ਕੀ, ਕੌਣ ਸਾਡੇ ਲਈ ਪ੍ਰੈਜ਼ੀਡੈਂਟ ਹੋਣਾ ਚਾਹੀਦਾ, ਟਰੰਪ ਨੂੰ ਮੰਨੀਏ ਜਾਂ ਜੋ ਬਾਈਡਨ ਨੂੰ ਮੰਨੀਏ। ਅੱਜ ਇਸ ਨੂੰ ਲੈ ਕੇ ਮੁੱਦਾ ਕਰਾਂਗੇ, ਇਸ ਨੂੰ ਲੈ ਕੇ ਵਿਚਾਰ ਕਰਾਂਗੇ ਔਰ ਜਿੱਥੇ ਇਹਨਾਂ ਦੋਵੇਂ ਪ੍ਰੈਜ਼ੀਡੈਂਟਸ ਨੇ ਆਪਣੀ ਡਿਬੇਟ ਰੱਖੀ। ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ 178 ਟਾਈਮਸ ਡੋਨਲਡ ਟਰੰਪ ਨੇ ਜੋ ਬਾਈਡਨ ਨੂੰ ਇੰਟਰਪਟ ਵੀ ਕੀਤਾ ਪਰ ਉੱਥੇ ਜੋ ਬਾਈਡਨ ਵੀ ਨਹੀਂ ਮੰਨੇ, ਉਹਨਾਂ ਨੇ ਸ਼ਟ ਅਪ ਕਹਿ ਕੇ ਤੱਕ ਡੋਨਲਡ ਟਰੰਪ ਨੂੰ ਕਹਿਤਾ ਕਿ ਤੁਸੀਂ ਆਪਣਾ ਮੂੰਹ ਬੰਦ ਰੱਖੋ, ਲੈਟ ਮੀ ਸਪੀਕ। ਇੱਕ ਦੂਜੇ ਦੀ ਫੈਮਿਲੀ ਦੇ ਉੱਤੇ ਵੀ ਆਰੋਪ ਪ੍ਰਤਿਆਰੋਪ ਹੋਏ। ਜੋ ਬਾਈਡਨ ਜੋ ਕਿ ਓਬਾਮਾ ਸਰਕਾਰ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਔਰ ਬਕਾਇਦਾ ਡੋਨਲਡ ਟਰੰਪ ਨੇ ਕਿਹਾ ਕਿ 47 ਈਅਰਸ ਦੇ ਵਿੱਚ ਤੁਸੀਂ ਕੁਝ ਨਹੀਂ ਕਰ ਪਾਏ, ਮੈਂ 47 ਮੰਥਸ ਦੇ ਵਿੱਚ ਕਰ ਦਿੱਤਾ। ਸੋ ਇਹਨਾਂ ਦੋਵਾਂ ਦੇ ਵਿੱਚ ਜਿਹੜੀ ਇਹ ਡਿਬੇਟ ਚੱਲੀ, ਇਹਨਾਂ ਨੇ ਇੱਕ ਨਵੀਂ ਡਿਬੇਟ ਹੋਰ ਸ਼ੁਰੂ ਕਰ ਦਿੱਤੀ ਕਿ ਕਿਹਨੂੰ ਮੰਨੀਏ, ਹੁਣ ਸਿੱਖ ਡਾਇਸਪੋਰਾ ਕਿਹਨੂੰ ਮੰਨੇ, ਇੱਕ ਇਹ ਵੀ ਵੱਡਾ ਸਵਾਲ ਬਣਦਾ। ਇਸ ਨੂੰ ਲੈ ਕੇ ਗੱਲ ਕਰਾਂਗੇ। ਮੇਰੇ ਨਾਲ ਦੋ ਸ਼ਖਸੀਅਤਾਂ ਮੌਜੂਦ ਹਨ ਜਿਹੜੇ ਪੈਨਲਿਸਟ ਅੱਜ ਮੌਜੂਦ ਹਨ, ਉਹਨਾਂ ਨਾਲ ਮੈਂ ਜ਼ਰੂਰ ਤੁਹਾਨੂੰ ਤਾਰੁਫ ਕਰਾਉਣਾ ਚਾਹੁੰਦਾ ਕਿਉਂਕਿ ਜਿੱਥੇ ਅੱਜ ਅਸੀਂ ਇਸ ਮੰਚ ਦੇ ਉੱਤੇ ਸਿਆਸੀ ਗੱਲਾਂ ਕਰਦੇ ਹਾਂ ਉੱਥੇ
इस मंच नूं इस करके भी सजाया गया कि असीं यूथ नूं भी इंपावर कर सकीए, क्योंकि आने वाला फ्यूचर साडा यूथ है, साडी नवी पनीरी है, उन्हां दे हत्थां दे विच इस वतन की बागाडोर होगी। वो कौन संभालेगा, कौन इनू अगे लैके जाएगा, वह यूथ ही है। सो इनू मद्देनज़र रखते हुए अज असी अपने इस प्रोग्राम के लैके भी नवी पनीरी नू आए हैं। मैं उन्होंने समझ के उत्ते स्वागत करदा। उन्हां दी सोच की है, उन्होंने की लगता है, हाउ अमेरिका विल बिकम बैटर अगेन, या फिर उन्होंने लगता है कि अमेरिका इज़ बैटर, अमेरिका इज़ ग्रेट, ਇਹ ਜਿਸ ਨੂੰ ਲੈ ਕੇ ਵਿਚਾਰ ਕਰਾਂਗੇ। ਸਿੱਧਾ ਲਾ ਕੇ ਚੱਲਦਾ ਮੇਰੇ ਪੈਨਲਿਸਟ ਦੇ ਕੋਲ। ਰਵੀ ਖੈਟਰੀ ਮੇਰੇ ਨਾਲ ਮੌਜੂਦ ਹਨ, ਜੋ ਕਿ ਪ੍ਰੈਕਟਿਸ ਕਰਦੇ ਹਨ ਡਿਵੋਰਸ ਅਤੇ ਔਰ ਲੀਗਲ ਮੈਟਰਸ ਦੀ, ਅਤੇ ਨਾਲ ਹੀ ਜਿਹੜੀ ਕੁਈਨਸ ਦੀ ਬਾਰ ਐਸੋਸੀਏਸ਼ਨ ਹਨ ਉਹਨਾਂ ਦੇ ਮੈਂਬਰ ਵੀ ਹਨ। ਔਰ ਜਦ ਗੱਲ ਕਮਿਊਨਿਟੀ ਦੇ ਮਸਲੇ ਦੀ ਆਉਂਦੀ ਹੈ, ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਵੀ ਲੈਂਦੇ ਹਨ। ਨਿਰਪੱਖ ਗੱਲ ਹਮੇਸ਼ਾ ਰਵੀ ਵੱਲੋਂ ਸੁਣੀ ਜਾਂਦੀ ਹੈ। ਉਹਨਾਂ ਨੂੰ ਇਸ ਮੰਚ ਦੇ ਉੱਤੇ ਮੈਂ ਲੈ ਕੇ ਆਇਆ ਅਤੇ ਉਹਨਾਂ ਦਾ ਮੈਂ ਸਵਾਗਤ ਵੀ ਕਰਦਾ। ਰਵੀ, ਆਈ ਵੈਲਕਮ ਯੂ। ਅਤੇ ਨਾਲ ਹੀ ਮੇਰੇ ਨਾਲ ਸੁਖਜਿੰਦਰ ਸਿੰਘ ਨਿੱਜਰ ਮੌਜੂਦ ਹਨ। ਕਮਿਊਨਿਟੀ ਅਫੇਅਰਸ ਦੀ ਗੱਲ ਕਰੀਏ ਜਾਂ ਫਿਰ ਸੋਸ਼ਲੀ ਔਰ ਪੋਲੀਟੀਕਲੀ ਕਿਵੇਂ ਐਕਟਿਵ ਹੋਣਾ, ਯੂਥ ਨੂੰ ਕਿਵੇਂ ਇੰਪਾਵਰ ਕਰਨਾ, ਸਾਨੂੰ ਕੀ ਕਰਨਾ ਚਾਹੀਦਾ ਫਾਈਨੈਂਸ਼ੀਅਲ ਤੌਰ 'ਤੇ, ਬਿਜ਼ਨਸ ਦੇ ਤੌਰ 'ਤੇ, ਇਕੋਨਮੀ ਕਿੱਥੇ ਜਾ ਰਹੀ ਹੈ, ਸੁਖਜਿੰਦਰ ਸਿੰਘ ਨਿੱਜਰ ਇਸ ਬਾਰੇ ਜ਼ਰੂਰ ਚਾਨਣਾ ਪਾਉਣਗੇ। ਔਰ ਕੀ ਲੱਗਦਾ ਉਹਨਾਂ ਨੂੰ ਕਿ ਆਖਿਰਕਾਰ ਇਸ ਡਿਬੇਟ ਦੇ ਵਿੱਚ ਪੰਜਾਬੀਆਂ ਨੇ ਕੀ ਖੱਟਿਆ ਔਰ ਪੰਜਾਬੀ ਕਿਹਦੇ ਮਗਰ ਤੁਰਨ। ਮੈਂ ਉਸ ਤੋਂ ਪਹਿਲਾਂ ਤੁਹਾਨੂੰ ਦੋਵਾਂ ਨੂੰ ਲੈ ਕੇ ਆਵਾਂ, ਪਰ ਮੈਂ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸ ਦੇਣਾ ਚਾਹੁੰਦਾ, ਰਵੀ ਤੁਸੀਂ ਇਸ ਡਿਬੇਟ ਤੋਂ ਕੀ ਸਮਝਿਆ ਔਰ ਤੁਸੀਂ ਕਿਹਨੂੰ ਸਪੋਰਟ ਕਰਦੇ ਹੋ, ਕਿਹਨੂੰ ਐਂਡੋਰਸ ਕਰਦੇ ਹੋ? ਸਤਿ ਸ਼੍ਰੀ ਅਕਾਲ, ਅਸੀਂ ਥੈਂਕ ਯੂ ਸੀ ਮੈਨੂੰ ਬੁਲਾਇਆ ਅੱਜ। ਅਸੀਂ ਡਿਬੇਟ ਤੋਂ ਕੀ ਸਮਝ ਆਈ, ਅਸੀਂ ਉਹ ਤਾਂ ਅਸੀਂ ਜਿਵੇਂ ਤੁਸੀਂ ਕਿਹਾ ਕਿ ਅਸੀਂ ਕੁਛ ਡਰਾਮਾ ਹੀ ਹੋਇਆ, ਅਸੀਂ ਕੁਛ ਸਿੱਖਣ ਨੂੰ ਤਾਂ ਮਿਲਿਆ ਨਹੀਂ। ਬਟ ਅਸੀਂ ਮੇਰੀ ਅਸੀਂ ਮੈਂ ਸਪੋਰਟ ਕਰਦੀ ਹਾਂ, ਆਮ ਵੋਟਿੰਗ ਫੋਰ ਜੋ ਬਾਈਡਨ ਦੀ ਵਾਸਤੇ ਵੋਟ ਕਰਾਂਗੀ। ਪਰ ਅਸੀਂ ਮੈਨੂੰ ਸਮਝ ਆਇਆ ਹੈ ਕਿ ਅਸੀਂ ਡੋਨਲਡ ਟਰੰਪ ਕੋਲ ਅਸੀਂ ਕੋਈ ਪਲੈਨ ਨਹੀਂ ਹੈਗਾ ਅਸੀਂ ਕਿ ਅਮੈਰੀਕਾ ਨੂੰ ਕਿਵੇਂ ਅਸੀਂ ਅੱਗੇ ਅਸੀਂ ਵਧਣਾ ਹੈਗਾ, ਕਿਵੇਂ ਅਸੀਂ ਅਮੈਰੀਕਾ ਦੀ ਹੈਲਪ ਕਰਨੀ ਹੈ, ਕਿਵੇਂ ਅਸੀਂ ਕੋਵਿਡ ਦਾ ਅਸੀਂ ਇਲਾਜ ਕਰਨਾ, ਅਸੀਂ ਕਿਵੇਂ ਅਸੀਂ ਲੋਕਾਂ ਨੂੰ ਜਿਹਨਾਂ ਨੂੰ ਅਸੀਂ ਮੁਸ਼ਕਿਲ ਆਈ ਹੈ ਕੋਵਿਡ ਕਰਕੇ, ਅਸੀਂ ਉਹਨਾਂ ਦੀ ਕਿਵੇਂ ਹੈਲਪ ਕਰਨੀ ਹੈ। ਠੀਕ ਹੈ, ਤੁਸੀਂ ਜੋ ਬਾਈਡਨ ਨੂੰ ਐਂਡੋਰਸ ਕਰੋਗੇ ਅਤੇ ਨਾਲ ਉਹਨਾਂ ਨੂੰ ਸਪੋਰਟ ਕਰੋਗੇ। ਸੁਖਜਿੰਦਰ ਸਿੰਘ ਨਿੱਜਰ ਜੀ, ਮੈਂ ਜ਼ਰੂਰ ਜਾਣਾ ਚਾਹਾਂਗਾ ਤੁਹਾਨੂੰ ਕਿਸ ਡਿਬੇਟ ਤੋਂ ਲੱਗਦਾ ਤੁਸੀਂ ਕਿਹਨੂੰ ਐਂਡੋਰਸ ਕਰਦੇ ਹੋ? ਪਹਿਲਾਂ ਤਾਂ ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਸੁਖਜਿੰਦਰ ਸਿੰਘ ਸੁੱਖੀ ਨਿੱਜਰ ਵੱਲੋਂ ਸਤਿ ਸ਼੍ਰੀ ਅਕਾਲ। ਅਤੇ ਹੁਣ ਜਿਵੇਂ ਅਸੀਂ ਕੱਲ੍ਹ ਡਿਬੇਟ ਦੇਖਿਆ ਸਾਰਿਆਂ ਨੇ, ਉਹ ਡਿਬੇਟ ਦੇ ਵਿੱਚ ਅਗੇਨ ਅਸੀਂ ਡਰਾਮਾ ਬਿਲਕੁਲ ਜਿੱਦਾਂ ਆਪਣੇ ਦੱਸਿਆ ਗਿਆ ਪਹਿਲਾਂ ਵੀ ਇਹ ਡਰਾਮਾ ਹੀ ਹੋਇਆ ਵੈਸੇ ਤਾਂ। ਦੋਨੇ ਜਿੰਨੇ ਵੀ ਅਸੀਂ ਉਹਨਾਂ ਨੂੰ ਬ੍ਰਾਈਟ ਸਮਝਦੇ ਹਾਂ, ਜਿਵੇਂ ਬਾਈਡਨ ਇੰਨਾ ਪੁਰਾਣਾ ਪੋਲਿਟਿਕਸ ਦੇ ਵਿੱਚ ਹੈ, ਚਲੋ ਟਰੰਪ ਇੰਨਾ ਪੁਰਾਣਾ ਨਹੀਂ ਹੈ, ਪਰ ਹੀ ਇਜ਼ ਅ ਵੈਰੀ ਗੁੱਡ ਬਿਜ਼ਨਸਮੈਨ। ਉਹਨਾਂ ਨੇ ਇੱਕ ਦੂਜੇ ਨੂੰ ਮਤਲਬ ਕਮਿਊਨੀਕੇਸ਼ਨ ਦਾ ਜਿਹੜਾ ਇੰਨਾ ਕੁ ਰੌਲਾ ਪਾ ਕੇ ਇੱਕ ਦੂਜੇ ਨੂੰ ਚੁੱਪ ਕਰਾਉਣਾ ਜਾਂ ਉਹਨਾਂ ਦੇ ਓਵਰਟੋਕ ਕਰਨੀ, ਇਹ ਇੰਨਾ ਕੋਈ ਵਧੀਆ ਨਹੀਂ ਉਹਨਾਂ ਨੇ ਕੀਤਾ। ਅਤੇ ਜੇ ਅਸੀਂ ਕਹੀਏ ਵੀ ਮੈਂ ਆਪਣਾ ਪਰਸਨਲ ਵਿਊ ਦਿਆਂ ਤਾਂ ਉਹ ਕੋਈ ਡਿਬੇਟ ਘੱਟ ਸੀ, ਤਾਂ ਇੱਕ ਦੂਜੇ 'ਤੇ ਐਲੀਗੇਸ਼ਨ ਲਾਉਣ ਦਾ ਹੀ ਕੰਮ ਜ਼ਿਆਦਾ ਕੀਤਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਉਹਨਾਂ ਕੋਲ ਕਲੀਅਰ ਪਲੈਨ ਜਿਹੜੇ ਸੀਗੇ, ਉਹਨਾਂ ਨੇ ਕੋਈ ਇੰਨੇ ਪ੍ਰਜੈਂਟ ਨਹੀਂ ਕਰ ਸਕੇ। ਇਹ ਜਿਹੜਾ ਡਿਬੇਟ ਮੇਰੀ ਸਮਝ ਦੇ ਮੁਤਾਬਕ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਤੁਸੀਂ ਦੱਸੋ ਤੁਸੀਂ ਕੀ ਕਰ ਸਕਦੇ ਆ ਜਾਂ ਤੁਸੀਂ ਕੀ ਕੀਤਾ, ਜੇ ਤੁਸੀਂ ਕੁਛ ਨਹੀਂ ਕੀਤਾ ਜਾਂ ਨਹੀਂ ਕਰ ਸਕੇ, ਉਹਨਾਂ ਨੂੰ ਔਨ ਕਰਕੇ ਮਿਸਟੇਕਸ ਨੂੰ ਹਾਊ ਕੈਨ ਯੂ ਕਰੈਕਟ ਇਟ ਫੋਰ ਦ ਫਿਊਚਰ, ਦੈਟਸ ਮਾਈ ਓਪੀਨੀਅਨ। ਇੱਦਾਂ ਡਿਬੇਟ ਹੋਣਾ ਚਾਹੀਦਾ, ਪਰ ਉਹਦੇ 'ਚ ਖਾਸ ਡਿਲੀਵਰੀ ਦੇ ਨਹੀਂ ਸਕੇ। ਪਰ ਪਰਸਨਲੀ ਮੈਂ ਥੋੜ੍ਹਾ ਜਿਹਾ ਆਮ ਲੀਨਿੰਗ ਟੂਵਰਡਸ ਟਰੰਪ। ਸੋ ਪਿਛਲੀ ਵਾਰ ਵੀ ਤਕਰੀਬਨ ਟਰੰਪ ਨੂੰ ਹੀ ਵੋਟ ਦਿੱਤੀ ਸੀ, ਉਸ ਤੋਂ ਪਹਿਲਾਂ ਅਸੀਂ ਡੈਮੋਕ੍ਰੈਟ ਸੀਗੇ, ਓਬਾਮਾ ਨੂੰ ਵੀ ਦੋ ਵਾਰ ਵੋਟ ਦਿੱਤੀ ਹੈ। ਇਸ ਤਰ੍ਹਾਂ ਨਹੀਂ ਹੈਗਾ ਕਿ ਅਸੀਂ ਮੈਂ ਇੱਕ ਪਾਰਟੀ ਨੂੰ ਬਿਲੋਂਗ ਕਰਦਾ। ਅਸੀਂ ਦੇਖੀਦਾ ਵੀ ਕੈਂਡੀਡੇਸੀ ਜਿਹੜੀ ਆ, ਅਗਰ ਪਾਰਟੀ ਚੇਂਜ ਕਰੀਏ ਤਾਂ ਸਾਡੇ ਲਈ ਕੀ ਬੈਟਰ ਹੋ ਸਕਦਾ। ਕਿਸੇ ਨੂੰ ਵੀ ਤੁਸੀਂ ਜਦੋਂ 4 ਤੋਂ 10 ਸਾਲ ਤੱਕ ਦਾ ਟਾਈਮ, 4 ਤੋਂ 8 ਸਾਲ ਦਾ ਟਾਈਮ ਦਿੰਦੇ ਆ, ਤਾਂ ਉਹਨਾਂ ਦੀ ਕੋਈ ਕੈਪੇਬਿਲਿਟੀ ਹੋਣੀ ਚਾਹੀਦੀ ਹੈ ਕੋਈ ਡਿਲੀਵਰੀ ਦੀ। ਅਗਰ ਡਿਲੀਵਰੀ ਨਹੀਂ ਦਿੰਦੇ ਦੈਨ ਯੂ ਨੋ ਇਟ ਡਜ਼ਨਟ ਮੈਟਰ, ਤੁਸੀਂ ਡੈਮੋਕ੍ਰੈਟ ਹੈ ਜਾਂ ਰਿਪਬਲਿਕਨ ਆ, ਯੂ ਹੈਵ ਟੂ ਚੂਜ਼ ਐਂਡ ਯੂ ਹੈਵ ਟੂ ਮੇਕ ਦਮ ਗੋ ਅਵੇ। ਸੋ ਬਟ ਅਦਰਵਾਈਜ਼ ਮੈਂ ਇੰਡੋਰਸਮੈਂਟ ਜਿਹੜੀ ਆ ਟਰੰਪ ਨੂੰ ਦੇ ਰਿਹਾ। ਬਿਲਕੁਲ, ਸੋ ਇੱਥੇ ਹੁਣ ਸਾਡਾ ਮੁੱਦਾ ਖਾਸ ਹੋਣ ਵਾਲਾ ਹੈ, ਕਿਉਂਕਿ ਇੱਕ ਪਾਸੇ ਜਿੱਥੇ ਰਵੀ ਸਪੋਰਟ ਆਪਣੀ ਜੋ ਬਾਈਡਨ ਨੂੰ ਦੇ ਰਹੇ ਹਨ, ਅਤੇ ਉੱਥੇ ਦੂਜੇ ਪਾਸੇ ਸੁਖਜਿੰਦਰ ਸਿੰਘ ਨਿੱਜਰ ਆਪਣੀ ਸਪੋਰਟ ਡੋਨਲਡ ਟਰੰਪ ਨੂੰ ਦੇ ਰਹੇ ਹਨ। ਦੋਵਾਂ ਤੋਂ ਜਾਣਾਂਗੇ, ਦੋਵੇਂ ਸਾਡੇ ਯੂਥ ਦੇ ਆਈਕਨਸ ਨੇ, ਯੂਥ ਦੇ ਫੇਸ ਨੇ,
कि आने वाले समय के जिहड़ियां साड़ियां वोटां हैगियां असी कित्थे भुगताइए, क्योंकि बहुत जरूरी है कि असी अपनी मत का इस्तेमाल करिए। और इस बार बहुत खास होएगी यह चोणां, क्योंकि जिथे कई सारिया होर भी तब्दीलियां आईया हन, जिथे एबसेंटी बैलेट जिहड़े ने तुहाडे घर पहुँचे ने उन्हां नूं तुसीं फिल करके जिहड़ा हैगा अपना नुमाइंदा चुन सकते हो। और कई तमाम होर जिहड़े रुझान ने ਉਹ ਆਉਣ ਵਾਲੇ ਸਮੇਂ ਦੇ ਵਿੱਚ ਬਦਲਣਗੇ, ਅਤੇ ਜੋ ਬਾਈਡਨ ਸਾਡੇ ਲਈ ਮਦਦ ਕਰੂਗਾ ਜਾਂ ਫਿਰ ਸਾਡੇ ਲਈ ਡੋਨਲਡ ਟਰੰਪ ਵਚਨਬੰਦ ਹੋਊਗਾ। ਅੱਜ ਦਾ ਮੁੱਦਾ ਇਹੀ ਹੈਗਾ ਜੀ। ਫਿਲਹਾਲ ਮੈਂ ਇੱਕ ਬ੍ਰੇਕ ਲਈ ਰੁਕ ਰਿਹਾ, ਬ੍ਰੇਕ ਤੋਂ ਬਾਅਦ ਲਗਾਤਾਰ ਇਸ ਪ੍ਰੋਗਰਾਮ ਨੂੰ ਰੱਖਾਂਗੇ ਇਸ ਤਰੀਕੇ ਨਾਲ ਜਾਰੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਲਗਾਤਾਰ ਗੱਲ ਹੋ ਰਹੀ ਹੈ ਕਿ ਬਾਈਡਨ ਨੂੰ ਸਪੋਰਟ ਕਰੀਏ ਕਿ ਟਰੰਪ ਨੂੰ ਸਪੋਰਟ ਕਰੀਏ, ਇਸੇ ਕਰਕੇ ਇਸ ਪ੍ਰੋਗਰਾਮ ਨੂੰ ਲਿਆਂਦਾ ਗਿਆ। ਬ੍ਰੇਕ ਤੋਂ ਬਾਅਦ ਮੈਂ ਹੁਣ ਸਿੱਧਾ ਲੈ ਕੇ ਚੱਲਦਾ ਹਾਂ ਸਾਡੇ ਪੈਨਲਿਸਟ ਜਿਹੜੇ ਮੌਜੂਦ ਨੇ। ਸਾਡੇ ਨਾਲ ਅਟਰਨੀ ਸਤਵੰਤ ਕੌਰ ਵੀ ਜੁਆਇਨ ਕਰ ਗਏ ਨੇ, ਉਹਨਾਂ ਦਾ ਵੀ ਮੈਂ ਇਸ ਮੰਚ ਦੇ ਉੱਤੇ ਸਵਾਗਤ ਕਰਦਾ। ਰਵੀ ਕੈਟਰੀ ਸਾਡੇ ਨਾਲ ਮੌਜੂਦ ਨੇ, ਸੁਖਜਿੰਦਰ ਸਿੰਘ ਨਿੱਜਰ ਮੌਜੂਦ ਨੇ। ਦਰਸ਼ਕਾਂ ਨੂੰ ਦੱਸ ਦੇਵਾਂ, ਰਵੀ ਜਿਹੜੇ ਨੇ ਉਹ ਸਪੋਰਟ ਕਰ ਰਹੇ ਨੇ ਬਾਈਡਨ ਨੂੰ, ਅਤੇ ਉੱਥੇ ਸਤਵੰਤ ਵੀ ਸਪੋਰਟ ਕਰ ਰਹੇ ਨੇ ਬਾਈਡਨ ਨੂੰ, ਅਤੇ ਨਿੱਜਰ ਸਾਹਿਬ ਜਿਹੜੇ ਸਾਡੇ ਨੇ ਸਾਡੇ ਨਾਲ ਉਹ ਟਰੰਪ ਨੂੰ ਸਪੋਰਟ ਕਰ ਰਹੇ ਨੇ। ਸੋ ਸਵਾਲ ਇੱਥੇ ਬਣਦਾ, ਨਿੱਜਰ ਸਾਹਿਬ, ਜਿੱਥੇ ਕੱਲ੍ਹ ਟਰੰਪ ਨੇ ਡਿਬੇਟ ਦੇ ਵਿੱਚ ਕਿਹਾ ਕਿ ਕੋਵਿਡ-19 ਦੇ ਜਿਹੜੇ ਕੇਸਿਸ ਆ ਅਸੀਂ ਇੰਡੀਆ, ਰਸ਼ੀਆ, ਚਾਈਨਾ ਨਾਲੋਂ ਘੱਟ ਕਰਤੇ, ਲੇਕਿਨ ਹਜੇ ਤੱਕ ਐਗਜੈਕਟ ਜਿਹੜੀ ਫਿਗਰਸ ਹੈਗੀ ਹੈ ਉਹ ਨਹੀਂ ਲੋਕਾਂ ਦੇ ਵਿੱਚ ਲਿਆਉਂਦੀ ਗਈ। ਸੋ ਇਹ ਇੱਕ ਮੈਂ ਸਵਾਲ ਤੁਹਾਡੇ ਤੋਂ ਜ਼ਰੂਰ ਲਵਾਂਗਾ। ਉਸ ਤੋਂ ਬਾਅਦ ਮੇਰੇ ਕੋਲ ਇੱਕ ਹੋਰ ਵੀ ਸਵਾਲ ਹੈ, ਉਹਨੂੰ ਲੈ ਕੇ ਜਿਹੜਾ ਹੈ ਅਸੀਂ ਇਸ ਡਿਬੇਟ ਨੂੰ ਲਗਾਤਾਰ ਜਾਰੀ ਰੱਖਾਂਗੇ। ਸੋ ਫਸਟ ਆਈ ਐਮ ਗਿਵਿੰਗ ਯੂ 30-40 ਸੈਕਿੰਡਸ ਟੂ ਯੂ ਨੋ ਸੇ ਸਮ ਫਿਊ ਵਰਡਸ ਔਨ ਦਿਸ ਕੁਐਸਚਨ। ਸੋ ਗੱਲ ਇਹ ਤਾਂ ਆ ਵੀ ਜਿਹੜੇ ਨੰਬਰ ਦੀ ਗੱਲ ਆ ਵੀ ਅਸੀਂ ਕਰੈਕਟ ਨਹੀਂ ਸ਼ੋ ਕਰ ਰਹੇ। ਕਰੈਕਟ ਸ਼ੋ ਕਰਨ ਦਾ ਪੁਆਇੰਟ ਇਹ ਹੈਗਾ ਕਿ ਉਹਨਾਂ ਦੇ ਇਹ ਬੇਸਿਕਲੀ ਕੀ ਹੈ ਕਿ ਹੂ ਇਜ਼ ਪੁਟਿੰਗ ਦ ਨਿਊਜ਼ ਆਊਟ, ਇਜ਼ ਇਟ ਦ ਅਦਰ ਪਾਰਟੀ ਔਰ ਇਜ਼ ਦ ਹਾਸਪਿਟਲਸ। ਇਹ ਨਹੀਂ ਅਸੀਂ ਕਹਿ ਸਕਦੇ ਕਿ ਕਰੈਕਟ ਨੰਬਰਸ ਨਹੀਂ ਹੈਗੇ। ਹਾਂ, ਉਹਦੇ ਵਿੱਚ ਡਿਲੇ ਹੋ ਸਕਦੀ ਆ, ਤੇ ਬਾਕੀ ਜਿਹੜੀ ਨੰਬਰਸ ਦੀ ਕਾਊਂਟਿੰਗ ਹੈਗੀ ਆ ਉਹ ਤੇ ਨਾਲ ਨਾਲ ਹੋ ਰਹੀ ਆ ਤੇ ਨਾਲ ਨਾਲ ਸ਼ੋ ਹੋ ਰਿਹਾ ਆ। ਹਾਂ, ਮੇ ਵੀ ਸ਼ਾਇਦ ਜਿਹੜੇ ਕਿ ਇੰਡੀਵਿਜੁਅਲ ਕਾਊਂਟ ਇਸ ਕਰਕੇ ਨਹੀਂ ਹੋ ਰਿਹਾ ਟੋਟਲੀ ਕਿ ਉਹਨਾਂ ਨੂੰ ਉਹਨਾਂ ਦੀ ਇਮੀਗ੍ਰੇਸ਼ਨ ਸਟੇਟਸ ਡਿਫਰੈਂਟ ਸੀ, ਕੁਡ ਬੀ ਪੋਸੀਬਲ, ਬਟ ਆਈ ਹਾਈਲੀ ਡਾਊਟ ਇਟ ਦੈਟ ਦੈਟਸ ਦੀ ਦੈਟਸ ਦੀ ਰਵੀ ਯੂ ਹੈਵ 30 ਸੈਕਿੰਡਸ। ਓਕੇ, ਸੀ ਆਈ ਥਿੰਕ ਸੀ ਜਿਹੜੀ ਸੀ ਨੰਬਰਸ ਦੀ ਗੱਲ ਹੈਗੀ ਆ, ਕੌਣ ਰਿਪੋਰਟ ਕਰ ਰਿਹਾ, ਕੌਣ ਗਲਤ ਰਿਪੋਰਟ ਕਰ ਰਿਹਾ ਸੀ, ਇਹ ਸੀ ਆਈ ਥਿੰਕ ਸੀ ਇਟਸ ਮਿਸਲੀਡਿੰਗ ਸੀ। ਜਾਣ ਕੇ ਅਸੀਂ ਤੁਹਾਨੂੰ ਸੀ ਕਿ ਤੁਸੀਂ ਆਪਾਂ ਅਸੀਂ ਜਿਹੜੀ ਰੀਅਲ ਪ੍ਰੋਬਲਮ ਹੈਗੀ ਆ ਕਿ ਅਸੀਂ US ਚ 7 million ਕੇਸਿਸ ਹੋ ਗਏ, 2 lakh ਤੋਂ ਜ਼ਿਆਦਾ ਅਸੀਂ ਡੈਥਸ ਹੋ ਗਈ ਆ, ਅਸੀਂ ਉਹ ਪ੍ਰੋਬਲਮ ਅਸੀਂ ਆਪਾਂ ਅਸੀਂ ਇਗਨੋਰ ਕਰਨਾ ਚਾਹੁੰਦਾ ਡੋਨਲਡ ਟਰੰਪ, ਕਿ ਅਸੀਂ ਕਿ ਜੇ ਅਸੀਂ ਤੁਸੀਂ ਗੱਲਾਂ ਕਰੋਗੇ ਅਸੀਂ ਦੂਸਰੀ ਚੀਜ਼ਾਂ ਦੀ ਆ ਕਿ ਅਸੀਂ ਦੂਸਰੀ ਕੰਟਰੀ ਗਲਤ ਰਿਪੋਰਟ ਕਰ ਰਹੀ ਆ, ਫਿਰ ਤੁਸੀਂ ਜਿਹੜਾ ਅਸੀਂ ਇੱਥੇ ਹੋ ਰਿਹਾ ਅਸੀਂ ਉਹਦੀ ਰਿਸਪੋਂਸੀਬਿਲਿਟੀ ਕਿਹਦੇ ਕੋਲ ਆ ਕਿ ਡੋਨਲਡ ਟਰੰਪ ਨੇ ਕਾਤੋਂ ਨਹੀਂ ਅਸੀਂ ਇੰਨਾ ਜਿਹੜਾ ਅਸੀਂ ਵੱਧ ਗਿਆ ਸੀ ਪ੍ਰੋਬਲਮ, ਅਸੀਂ ਕਾਤੋਂ ਨਹੀਂ ਰੋਕੀ, ਕਾਤੋਂ ਨਹੀਂ ਪ੍ਰਪੇਅਰ ਹੋਏ, ਉਹ ਤੋਂ ਆਪਾਂ ਅਸੀਂ ਦੂਰ ਜਾ ਰਹੇ ਹਾਂ ਉਹ ਗੱਲ ਤੋਂ। ਅਸੀਂ ਨੰਬਰਾਂ ਦੀ ਅਸੀਂ ਐਗਜ਼ੈਕਟ ਨੰਬਰ ਨਹੀਂ ਸ਼ੋ ਹੋ ਰਹੇ ਤੇ ਦਾ ਮਤਲਬ ਕੋਵਿਡ ਦੇ ਕੇਸਿਸ ਵਧੇ ਨੇ। ਅਟਰਨੀ ਸਤਵੰਤ ਕੌਰ, ਯੂ ਹੈਵ 30 ਸੈਕਿੰਡਸ। ਜਦੋਂ ਅਸੀਂ ਨੰਬਰਸ ਦੀ ਗੱਲ ਕਰਦੇ ਹਾਂ, ਪਹਿਲੀ ਗੱਲ ਤੇ 2 lakh ਤੋਂ ਉੱਤੇ ਡੈਥਸ ਹੋ ਗਈਆਂ, ਵੈਦਰ ਇੰਡੀਆ ਜਾਂ ਚਾਈਨਾ ਸਹੀ ਰਿਪੋਰਟ ਕਰ ਰਹੇ ਨੇ ਉਹ ਮੀਨਿੰਗਲੈਸ ਹੈ, ਕਿਉਂਕਿ ਉੱਥੇ ਆਪਾਂ ਨਹੀਂ ਰਹਿ ਰਹੇ ਹਾਂ, ਅਸੀਂ ਰਹਿ ਰਹੇ ਹਾਂ USA ਦੇ ਵਿੱਚ। ਤੇ ਜਿਹੜੀ ਚੀਜ਼ ਹੈ ਦੇਖਣ ਵਾਲੀ ਹੈ, ਜਦੋਂ CDC ਨੂੰ ਰਿਪੋਰਟ ਕੀਤਾ ਜਾ ਰਿਹਾ ਸੀ ਹੋਸਪਿਟਲਸ ਵੱਲੋਂ ਕਿ ਕੌਣ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਜਾਂ ਕਿੰਨੇ ਲੋਕ ਕਰੋਨਾ ਦੇ ਨਾਲ ਪੀੜਤ ਨੇ, ਤੇ ਟਰੰਪ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਬਾਈਪਾਸ ਕਰਨ ਦੀ, ਤੇ ਉਹਨੇ ਪੂਰੀ ਕੋਸ਼ਿਸ਼ ਕੀਤੀ ਕਿ ਜਿਹੜਾ ਉਹਨਾਂ ਨੂੰ ਡਾਇਰੈਕਟ ਇਨਫੋਰਮੇਸ਼ਨ ਦਿੱਤੀ ਜਾਏ ਇਨਸਟੈਡ ਆਫ CDC, ਉਹਨੇ CDC ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਸੋ ਉਹ ਖੁਦ ਮਿਸਰੈਪ੍ਰੈਜੈਂਟ ਕਰਨਾ ਚਾਹੁੰਦਾ ਤੇ ਮਿਸਲੀਡ ਕਰਨਾ ਚਾਹੁੰਦਾ ਪਬਲਿਕ ਨੂੰ, ਤੇ ਉਹ ਇੱਕ ਵਧੀਆ ਲੀਡਰ ਹੀ ਨਹੀਂ ਬਣ ਪਾ ਰਿਹਾ। ਕੋਰੋਨਾ ਵਾਇਰਸ ਨੂੰ ਲੈ ਕੇ ਵੀ ਉਹ ਸਹੀ ਤਰੀਕੇ ਦੇ ਨਾਲ ਹੈਂਡਲ ਨਹੀਂ ਕਰ ਪਾਇਆ ਇਸ ਪੈਂਡੈਮਿਕ ਨੂੰ, ਤੇ ਆਫਟਰ ਦੈਟ ਹੀ ਕੁਡ ਨਾਟ ਹੈਂਡਲ ਦ ਇਕਨੋਮਿਕ ਬੈਰਰ, ਜੋ ਜੋਬਸ ਲੋਸ ਕੀਤੀਆਂ ਲੋਕਾਂ ਨੇ ਉਸ ਚੀਜ਼ ਨੂੰ ਹੈਂਡਲ ਨਹੀਂ ਕਰ ਪਾਇਆ। ਤੇ ਵਟ ਹੀ ਹੈਜ਼ ਡਨ ਇਜ਼ ਮਿਸਲੈਡ ਦ ਪਬਲਿਕ ਐਂਡ ਹੀ ਕੰਟੀਨਿਊਸ ਟੂ ਡੂ ਸੋ। ਐਂਡ ਉਹਨਾਂ ਨੇ ਕੱਲ੍ਹ ਦੀ ਡਿਬੇਟ ਦੇ ਵਿੱਚ ਵੀ ਕੀ ਕੀਤਾ ਕਿ ਭਰਪੂਰ ਝੂਠ ਬੋਲਿਆ ਉਹਨਾਂ ਨੇ ਤੇ ਇਨਸਲਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ 73 ਟਾਈਮਸ ਹੀ ਇੰਟਰਪਟਡ ਜੋ ਬਾਈਡਨ ਡੂਰਿੰਗ 90 ਮਿੰਟਸ ਆਫ ਹਿਸ ਡਿਬੇਟ। ਇਟ ਵਾਸ ਜਸਟ ਰਿਡਿਕੂਲਸ ਜੀ। ਨਜ਼ਰ ਸਾਹਿਬ, ਐਕਚੁਅਲੀ ਕੀ ਹੈ ਕਿ ਜਿਹੜੀ ਨੰਬਰ ਦੀ ਮਿਸਲੀਡਿੰਗ ਦੀ ਗੱਲ ਕਰਦੇ ਆ ਨਾ, ਇਹ ਕਿਹੜਾ ਕੇਸ ਨਿਊਜ਼ ਚੈਨਲ ਤੇ ਅਸੀਂ ਦੇਖ ਰਹੇ ਹਾਂ, ਤੇ ਇਧਰ CDC ਨੰਬਰ ਰਿਲੀਜ਼ਿੰਗ, ਜਿਹੜੇ CDC ਨੰਬਰ ਆ ਉਹਨਾਂ ਦੇ ਬੇਸਿਕਲੀ ਜਿਹੜੇ ਕਮਿਸ਼ਨਰਸ ਰਿਪੋਰਟ, ਉਹਨਾਂ ਦੀ ਇੱਕ ਚੈਨਲ ਹੁੰਦਾ ਵੀ ਕਮਿਸ਼ਨਰਸ ਰਿਪੋਰਟ ਟੂ ਦੀ ਡਿਫਰੈਂਟ ਸੈਕਟਰ ਐਂਡ ਸੈਕਟਰ ਰਿਪੋਰਟ ਟੂ ਦੀ ਪ੍ਰੈਜ਼ੀਡੈਂਟ। ਹੁਣ ਇਹਦੇ ਵਿੱਚ ਅਸੀਂ ਇਹਨੂੰ ਦੋ ਪਾਸਿਓਂ ਦੇਖ ਸਕਦੇ ਹਾਂ।
जे तो असं एक पास देखते कि उन्होंने मिसलीड करके रिपोर्ट नहीं कर रहा है कि वो साइकोलॉजिकल नीड भी फुलफिल कर रहा है कि नहीं, क्योंकि जो असं कुछ इस तरह राइट वे दे रहे हैं तो कोई सलूशन है नहीं, चले जा मर गए साढ़े को हाले तक भी कोई सलूशन नहीं हैगा। उधर नाले एक पैनिक क्रिएट होंदा जिन्हों के हैंडल करना पैंडेमिक तो भी सीरियस होंदा। पर इन्होंने जिवें अटर्नी सतवंत कौर उन्होंने कहा कि ही इज मिसलीडिंग दी यू नो दी वोटर्स ऑफ अमेरिका एंड ही इज नॉट अ पॉलिटिशियन ही इज अ बिजनेसमैन हैविंगली सेड बाय यू आल्सो ही इज नॉट अ पॉलिटिशियन ही कांट अंडरस्टैंड यू नो द सेंटीमेंट्स ऑफ द वोटर्स सेंटीमेंट्स ऑफ द पीपल ही ओनली नोस हाउ टू ट्वीट अनदर साहब So, गल इस तरह भी इनू मैं अगेन इफ आई गो टोटली न्यूट्रल एंड से दैट ही इज वरी इज दैट लेट्स से आई एग्री विद यू। पर एक गल होर भी समझण वाली है निदर साहब, 2016 तो लेके हुण तक यू नो ਤੁਸੀਂ ਸਾਡੇ ਨਾਲ ਰਲ ਗਏ ਤੇ ਤੁਸੀਂ ਜੋ ਬਾਈਡਨ ਨੂੰ ਵੋਟ ਕਰ ਰਹੇ ਹੋ। ਨਹੀਂ ਮੈਂ ਕਿਸੇ ਨਾਲ ਨਹੀਂ ਰਲਿਆ। ਅੱਛਾ ਤੁਸੀਂ ਇਹਨਾਂ ਦੀ ਗੱਲ ਕਰ ਰਹੇ ਹੋ, ਓਕੇ ਦੈਟਸ ਫਾਈਨ। ਯੂ ਨੋ ਵੀ ਹੈਵ ਟੂ ਕਨਵੇ ਦਾ ਮੈਸੇਜ ਹੂ ਗੋਨਾ ਬੀ ਦਾ ਬੈਸਟ ਪ੍ਰੈਜ਼ੀਡੈਂਟ ਫੋਰ ਅਸ, ਕਿਹਦੀ ਵਿਚਾਰਧਾਰਾ ਨੂੰ ਅਸੀਂ ਫੋਲੋ ਕਰੀਏ, ਕਿਹਦੀ ਆਈਡੀਓਲੋਜੀ ਸਾਡੀ ਕਮਿਊਨਿਟੀ ਲਈ ਸਾਡੇ ਪੰਜਾਬੀਆਂ ਲਈ ਸਿੱਖਾਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਵਚਨਬੰਧ ਹੋਣਗੀਆਂ, ਇੱਕ ਸਾਡੀ ਜ਼ਿੰਮੇਵਾਰੀ ਬਣਦੀ ਹੈ। ਇਸ ਕਰਕੇ ਇਸ ਯੂ ਨੋ ਪ੍ਰੋਗਰਾਮ ਨੂੰ ਰੱਖਿਆ ਗਿਆ ਹੈ। ਔਰ ਮੈਂ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਅਪੀਲ ਕਰਾਂਗਾ ਕਿ ਭਾਵੇਂ ਤੁਸੀਂ ਜਿਹਨੂੰ ਵੀ ਵੋਟ ਕਰਨਾ ਪਰ ਆਪਣੇ ਵੋਟ ਦੇ ਮਤ ਦਾ ਇਸਤੇਮਾਲ ਜ਼ਰੂਰ ਕਰਿਓ। 3 ਨਵੰਬਰ ਨੂੰ ਜਿਹੜੀਆਂ ਵੋਟਾਂ ਹੋਣੀਆਂ, ਅਸੀਂ ਵੋਟ ਪਾਉਣ ਹੀ ਨਹੀਂ ਜਾਂਦੇ। ਰੱਬ ਦਾ ਸ਼ੁਕਰ ਹੈ ਕਿ ਅਸੀਂ ਘੱਟੋ ਘੱਟ ਹੁਣ ਸੈਂਸਸ ਦੇ ਵਿੱਚ ਆਪਣੇ ਨਾਮਜ਼ਦ ਕਰਾਏ ਨੇ ਆਪਣੇ ਨਾਮਾਂ ਨੂੰ, ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਸਟਰੈਂਥ ਦਿਖਾਉਣੀ ਹੈ ਵੋਟਾਂ ਦੇ ਵਿੱਚ, ਤਾਂ ਕਿ ਜਦ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਹੋਣ, ਭਾਵੇਂ ਤੁਹਾਡੇ ਸਿਟੀ ਕੌਂਸਲ ਦੇ ਇਲੈਕਸ਼ਨ ਹੋਣ, ਭਾਵੇਂ ਤੁਹਾਡੇ ਅਸੈਂਬਲੀ ਦੇ ਇਲੈਕਸ਼ਨਸ ਹੋਣ, ਭਾਵੇਂ ਤੁਹਾਡੇ ਕਾਂਗਰਸ ਦੇ ਇਲੈਕਸ਼ਨ ਹੋਣ, ਉਹਨਾਂ ਨੂੰ ਪਤਾ ਹੋਏ ਕਿ ਪੰਜਾਬੀਆਂ ਦੀ ਕਿੰਨੀ ਸਟਰੈਂਥ ਹੈ, ਸਿੱਖਾਂ ਦੀ ਕਿੰਨੀ ਸਟਰੈਂਥ ਹੈ, ਸਾਡੇ ਵਿੱਚ ਕਿੰਨਾ ਦਮ ਹੈ। ਔਰ ਜੇਕਰ ਸਾਡੀ ਵੋਟ ਪੈਂਦੀ ਹੈ ਤਾਂ ਇੱਕ ਵੱਡੀ ਗਿਣਤੀ ਦੇ ਵਿੱਚ ਸਿੱਖ ਜਿਹੜੇ ਨੇ ਉਹ ਵੀ ਸਰਕਾਰ ਬਣਾਉਣ ਦੇ ਵਿੱਚ ਵਚਨਬੰਧ ਹੋਣਗੇ। ਪਰ ਮੈਂ ਸਵਾਲ ਇੱਥੇ ਲੈ ਰਿਹਾ ਸੀਗਾ ਨਿੱਜਰ ਸਾਹਿਬ ਤੋਂ। ਨਿੱਜਰ ਸਾਹਿਬ, 2016 ਤੋਂ ਲੈ ਕੇ ਹੁਣ ਤੱਕ ਹੇਟ ਕ੍ਰਾਈਮ ਦੇ ਵਿੱਚ ਵੀ ਕਾਫੀ ਇਜ਼ਾਫਾ ਹੋਇਆ, ਔਰ ਪਰ ਅੱਜ ਵੀ ਦੁਬਿਧਾ ਕਾਇਮ ਹੈਗੀ ਹੈ ਕਿ ਅਸੀਂ ਬਾਈਡਨ ਨੂੰ ਸਪੋਰਟ ਕਰੀਏ ਜਾਂ ਫਿਰ ਪੀਪਲ ਆਰ ਲੋਇਲ ਟੂ ਡੋਨਲਡ ਟਰੰਪ। ਨਿੱਜਰ ਸਾਹਿਬ, ਇਸ ਤੋਂ ਬਾਅਦ ਫਿਰ ਮੈਂ ਸਾਡੇ ਜਿਹੜੇ ਦੋ ਹੋਰ ਵੀ ਮਹਿਮਾਨ ਨੇ ਉਹਨਾਂ ਦੇ ਕੋਲ ਵੀ ਜਾਵਾਂਗਾ। ਹਾਂਜੀ, ਸੋ ਜੇ ਇਹਦੇ ਵਿੱਚ ਨਾ ਕਈ ਕਈ ਸਾਈਡ ਤੋਂ ਅਸੀਂ ਇਹਨੂੰ ਵਿਊ ਕਰ ਸਕਦੇ ਹਾਂ। ਇੱਕ ਤੇ ਤੁਹਾਡਾ ਕੁਐਸਚਨ ਹੈ ਕਿ ਬਿਜ਼ਨਸ ਸਾਈਡ ਦਾ, ਹਾਂ ਉਹਦੇ ਵਿੱਚ ਜੇ ਅਸੀਂ ਜਦੋਂ ਵੀ ਦੇਖੋ ਕੋਈ ਵੀ ਕੰਟਰੀ ਦੀ ਕਿਸੇ ਸਮਾਲ ਆਰਗੇਨਾਈਜੇਸ਼ਨ ਦੀ ਇਕਾਨਮੀ ਸ਼ਾਇਦ 1-2 ਸਾਲ ਦੇ ਵਿੱਚ ਥੱਲੇ ਉੱਤੇ ਹੋ ਸਕਦੀ ਜਿਹਦੇ ਅਸੀਂ ਨੰਬਰ ਜਲਦੀ ਪਿਕ ਕਰ ਸਕਦੇ। ਜਦੋਂ ਅਸੀਂ ਕਿਸੇ ਸਟੇਟ ਦੀ ਜਾਂ ਕੰਟਰੀ ਲੈਵਲ ਦੀ ਇਕਾਨਮੀ ਦੀ ਗੱਲ ਕਰਦੇ ਹਾਂ ਕਿ ਉਹਦੇ ਵਿੱਚ ਵਾਧਾ ਹੋਇਆ, ਕੀ ਉਹ ਥੱਲੇ ਜਾ ਰਹੀ ਸੀ, ਉਹਨੂੰ ਅਸੀਂ 1-4 ਸਾਲ ਦੇ ਵਿੱਚ ਨਹੀਂ ਦੇਖ ਸਕਦੇ। ਹਾਂ, ਸਟਾਕ ਮਾਰਕੀਟ ਨੂੰ ਵਿਊ ਕਰਕੇ ਅਸੀਂ ਕੁਛ ਵੀ ਕਹਿ ਸਕਦੇ ਹਾਂ, ਪਰ ਸਟਾਕ ਮਾਰਕੀਟ ਇਜ਼ ਨਾਟ ਦੀ ਹੋਲ ਇਕਾਨਮੀ। ਦ ਮੈਨੂਫੈਕਚਰਿੰਗ, ਦ ਜਾਬ, ਦ ਪੇਰੋਲ, ਰਿਪੋਰਟਿੰਗ ਨੰਬਰਸ ਆਫ ਦੀ ਇਕਾਨਮੀ। ਜੇ ਪੇਰੋਲ ਨੰਬਰ ਜਿਹੜੀਆਂ ਸਾਰੀਆਂ ਮੈਨੂਫੈਕਚਰ ਤਾਂ ਨੈਫਟਾ ਦੇ ਨਾਲ ਸਾਰੀਆਂ ਪਹਿਲਾਂ ਹੀ, ਇਹ ਤਾਂ ਕਲਿੰਟਨ ਤੋਂ ਲੈ ਕੇ ਪਹਿਲਾਂ ਬਾਹਰ ਜਾ ਚੁੱਕੀ ਮੈਨੂਫੈਕਚਰਿੰਗ। ਸੋ ਬੇਸਿਕਲੀ ਜੇ ਮੈਨੂਫੈਕਚਰਿੰਗ ਬਾਹਰ ਹੈ ਤਾਂ ਸਾਨੂੰ ਉੱਥੋਂ ਪੇਰੋਲ ਟੈਕਸ ਕਿੱਥੋਂ ਆਏਗਾ? ਉਹ ਤੇ ਉਹ ਦੂਜੀਆਂ ਕੰਟਰੀਆਂ ਨੂੰ ਜਾਏਗਾ ਨਾ। ਹੁਣ ਮੈਨੂਫੈਕਚਰਿੰਗ ਬਾਹਰ ਚਲੀ ਗਈ, ਠੀਕ ਹੈ ਜੀ, ਇਕਾਨਮੀ ਤੇ ਸਲੋਲੀ ਸਲੋਲੀ ਵੈਸੇ ਵੀ ਡਾਊਨ ਜਾ ਰਹੀ ਸੀ। ਸਾਡੇ ਕੋਲ ਕਿੰਨੇ ਕਿੰਨੇ ਆ ਜਿਹੜੀਆਂ ਪਿੱਛੇ ਨੂੰ ਦੇਖੀਏ ਤਾਂ 2008 ਦੇ ਵਿੱਚ, ਫਿਰ 2009-10 ਦੇ ਵਿੱਚ ਇਕਾਨਮੀ ਕਲੈਸ਼ ਹੋਈ। ਕਿਉਂ ਹੋਈ? ਕੋਈ ਸਾਡੇ ਕੋਲ ਉਸ ਵੇਲੇ ਜੌਬਾਂ ਨਹੀਂ ਸੀ, ਨੰਬਰ ਤੇ ਉਸ ਵੇਲੇ ਵੀ ਬਹੁਤ ਵਧੀਆ ਸੀ, ਉਸ ਵੇਲੇ ਕੌਣ ਪ੍ਰੈਜ਼ੀਡੈਂਟ ਸੀ? ਉਸ ਤੋਂ ਬਾਅਦ ਜੇ ਅਸੀਂ 12-14 ਦੇ ਵਿੱਚ ਵੀ ਦੇਖੀਏ ਇਕਾਨਮੀ ਕੀ ਸੀ, ਅਗਰ ਤੁਸੀਂ ਇਕਾਨਮੀ ਨੂੰ ਸਟਾਕ ਮਾਰਕੀਟ ਤੁਸੀਂ ਕਹਿ ਰਹੇ ਕਿ ਟਾਈਮ ਲੱਗੇਗਾ, ਵੀ ਹੈਵ ਟੂ ਗਿਵ ਸਮ ਟਾਈਮ ਟੂ ਟਰੰਪ, ਯੂ ਆਰ ਟ੍ਰਾਈਂਗ ਟੂ ਸੇ ਦੈਟ। ਅਟਾਰਨੀ ਸਤਵੰਤ ਕੌਰ, ਸੋ ਜੋ ਜਿੱਦਾਂ ਇੱਕ ਨਿਰਜਰ ਸਾਹਿਬ ਕਹਿ ਰਹੇ ਨੇ, ਮੈਂ ਸਿਰਫ ਇਹਨਾਂ ਨੂੰ ਇੰਨਾ ਪੁੱਛਣਾ ਚਾਹੁੰਦੀ ਹਾਂ ਕਿ ਇਹ ਕਹਿ ਰਹੇ ਨੇ ਕਿ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਦੇਖਿਆ ਜਾਏ, ਸੋ ਜਿਹੜੇ ਮੋਸਟ ਆਫ ਆਰ ਕਮਿਊਨਿਟੀ, ਜੋ ਸਾਡੀ ਕਮਿਊਨਿਟੀ, ਉਹ ਸਮਾਲ ਬਿਜ਼ਨਸ ਓਨਰ ਨੇ। ਇਸ ਪੈਂਡੈਮਿਕ ਦੇ ਚੱਲਦਿਆਂ ਸਾਡੇ ਸਮਾਲ ਬਿਜ਼ਨਸ ਓਨਰਸ ਵਾਸਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੁਛ ਨਹੀਂ ਕੀਤਾ। ਜੋ ਸਟਿਮੂਲਸ ਪੈਕ ਸੀ ਉਹ ਵੱਡੀਆਂ ਕੰਪਨੀਜ਼ ਨੂੰ ਮਿਲਿਆ, ਸਮਾਲ ਬਿਜ਼ਨਸਿਸ ਨੂੰ ਕੁਛ ਨਹੀਂ ਮਿਲਿਆ, ਠੀਕ ਹੈ। ਉਸ ਤੋਂ ਇਲਾਵਾ ਜੇ ਅਗਰ ਬਿਜ਼ਨਸਿਸ ਦੀ ਵੀ ਆਪਾਂ ਗੱਲ ਕਰਦੇ ਹਾਂ, ਤੇ ਵੋਟ ਡਿਜ਼ਨੀ, ਜਿਨ੍ਹਾਂ ਨੇ ਆਪਣੇ ਅਨਇੰਪਲੋਇਮੈਂਟ, ਉਹਨਾਂ ਨੇ ਕਿਹਾ ਕਿ ਅਸੀਂ ਲੇ ਆਫ ਕਰਾਂਗੇ, ਬਿਗੈਸਟ ਲੇ ਆਫ ਦੇ ਹੈਵ ਅਨਾਊਂਸਡ ਇਸ 28,000 ਵਰਕਰਸ। ਉਸ ਤੋਂ ਬਾਅਦ ਅਗਰ ਚਲੇ ਜਾਂਦੇ ਹਾਂ ਆਪਾਂ ਆਲ ਸਟੇਟ ਇੰਸ਼ੋਰੈਂਸ ਕੰਪਨੀ, ਜੋ ਕਿ 4th ਲਾਰਜੈਸਟ ਇੰਸ਼ੋਰੈਂਸ ਕੰਪਨੀ ਹੈ USA ਦੇ ਵਿੱਚ, ਉਹਨਾਂ ਨੇ ਕਿਹਾ ਕਿ ਉਹ ਆਪਣੇ 3800 ਵਰਕਰਸ ਨੂੰ ਲੇ ਆਫ ਕਰ ਰਹੇ ਨੇ। ਸੋ ਦਿਸ ਪੈਂਡੈਮਿਕ, ਬਿਕਾਜ਼ ਆਫ ਦਿਸ ਪੈਂਡੈਮਿਕ, ਸਮਾਲ ਬਿਜ਼ਨੈਸਸ ਨੂੰ ਇਜ਼ਾਫਾ ਨਹੀਂ ਹੋਇਆ ਜੋ ਹੋਣਾ ਚਾਹੀਦਾ ਸੀਗਾ। ਰਵੀ, ਯੂ ਵਾਂਟ ਟੂ ਐਡ ਔਨ ਦਿਸ? ਕਿਉਂ ਹੈਂਡਲ ਨਹੀਂ ਕਰ ਸਕਦੇ? ਆਈ ਜਸਟ ਜੋ ਕ੍ਰਾਈਮਸ ਨੂੰ ਲੈ ਕੇ, ਤੇ ਕੀ ਤਾਂ ਵੀ ਸਾਨੂੰ ਲੋਇਰ ਰਹਿਣਾ ਚਾਹੀਦਾ
ਟਰੰਪ ਪ੍ਰੈਜ਼ੀਡੈਂਟ ਟਰੰਪ ਵਾਸਤੇ ਆਫ ਕੋਰਸ ਨਹੀਂ ਲੋਇਰ ਰਹਿਣਾ ਚਾਹੀਦਾ ਕਿਉਂਕਿ ਵਾਟ ਹੈਜ਼ ਹੀ ਡਨ ਫਾਰ ਅਸ ਜੀ ਕੁਐਸਚਨ ਦਾ ਤੁਹਾਡੇ ਦਾ ਆਨਸਰ ਹੀ ਨਹੀਂ ਹੋਇਆ ਹੀ ਇਜ਼ ਵਾਈਟ ਸੁਪਰਮਿਸਟ ਉਹਨਾਂ ਨੇ ਕੱਲ ਦੀ ਡਿਬੇਟ ਦੇ ਵਿੱਚ ਵੀ ਜਿਸ ਚੀਜ਼ ਨੂੰ ਲੈ ਕੇ ਉਹਨਾਂ ਨੇ ਆਨਸਰ ਕਰਨਾ ਸੀ ਉਹ ਆਨਸਰ ਹੀ ਨਹੀਂ ਕਰ ਪਾਏ ਰੇਸ਼ਲ ਜਿਹੜੀ ਚੀਜ਼ਾਂ ਨੇ ਉਹਨਾਂ ਨੂੰ ਉਹ ਅਲੱਗ ਹੀ ਨਹੀਂ ਰੱਖ ਪਾਉਂਦੇ ਸੋ ਹੀ ਇਜ਼ ਨਾਟ ਅ ਗੁੱਡ ਕੈਂਡੀਡੇਟ ਫਾਰ ਅਸ ਚਾਰ ਇਵਨ ਹੀ ਇਵਨ ਹੀ ਨਜਰ ਸਾਹਿਬ ਇਵਨ ਹੀ ਇਵਨ ਹੀ ਅਨਾਉਂਸਡ ਇਵਨ ਹੀ ਸੈਡ ਪ੍ਰਾਊਡ ਬॉय ਸੋ ਹੀ ਵਾਸ ਜਸਟ ਯੂ ਨੋ ਗੋਇੰਗ ਟੂ ਦੀ ਵਾਈਟ ਸੁਪਰਮਿਸਟ ਸੋ ਮੈਂ ਰਵੀ ਜੀ ਦੇ ਕੋਲ ਆਣਾ ਚਾਹਾਂਗਾ ਰਵੀ ਵਾਟ ਡੂ ਯੂ ਵਾਂਟ ਟੂ ਸੇ ਐਂਡ ਯੂ ਸੀ ਯੂ ਨੋ ਸੀ ਪਹਿਲੇ ਅਸੀਂ ਜਿਹੜੀ ਬਿਜ਼ਨਸ ਦੀ ਗੱਲ ਹੈਗੀ ਅਸੀਂ ਅਸੀਂ ਬਿਲਕੁਲ ਸਹੀ ਆ ਅਸੀਂ ਡੋਨਲਡ ਟਰੰਪ ਨੇ ਐਂਡ ਦ ਰਿਪਬਲਿਕਨਸ ਉਹਨਾਂ ਨੇ ਅਸੀਂ ਆਪਣੇ ਅਸੀਂ ਸਮਾਲ ਬਿਜ਼ਨਸ ਵਾਸਤੇ ਕੁਛ ਨਹੀਂ ਕੀਤਾ ਜਿਹੜੇ ਅਸੀਂ ਇੱਕ ਅਸੀਂ $1,200 ਦਾ ਅਸੀਂ ਸਟਿਮੂਲਸ ਚੈੱਕ ਭੇਜਤਾ ਅਸੀਂ ਇੱਕ ਪਾਸ ਕਰਤਾ ਅਸੀਂ ਬਿੱਲ ਅਸੀਂ ਹੁਣ ਉਦੋਂ ਦੇ ਅਸੀਂ ਕੁਛ ਨਹੀਂ ਕੀਤਾ ਉਹਨਾਂ ਨੇ ਅਸੀਂ ਡੈਮੋਕ੍ਰੈਟਸ ਨੇ ਅਸੀਂ ਦੋ ਦੋ ਬਿੱਲ ਅਸੀਂ ਪ੍ਰੈਜੈਂਟ ਕੀਤੇ ਆ ਕਿ ਅਸੀਂ No, even he, also said, right, ਬਾਕਾਇਦਾ ਕਿਹਾ ਹੀ ਆਲਸੋ ਸਟੇਟਸ ਦੈਟ ਕਿ ਦੇਰ ਇਜ਼ ਨੋ ਕੰਪ੍ਰੋਹੈਂਸਿਵ ਪਲਾਨ ਫੋਰ ਯੂ ਨੋ ਓਬਾਮਾਸ ਅਫੋਰਡੇਬਲ ਕੇਅਰ ਐਕਟ ਉਹਨੂੰ ਲੈ ਕੇ ਵੀ ਇੱਕ ਚਰਚਾ ਬਣੀ ਹੈਗੀ ਹੈ ਉਹ ਵੀ ਇੱਕ ਵਿਸ਼ਾ ਹੈਗਾ ਜ਼ਰੂਰ ਉਹਦੇ ਉੱਤੇ ਵੀ ਆਪਾਂ ਜ਼ਰੂਰ ਵਿਚਾਰ ਕਰਾਂਗੇ ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ ਬ੍ਰੇਕ ਤੋਂ ਬਾਅਦ ਲਗਾਤਾਰ ਇਸ ਮੁੱਦੇ ਨੂੰ ਰੱਖਾਂਗੇ ਇਸ ਤਰੀਕੇ ਨਾਲ ਜਾਰੀ ਸੋ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਗੱਲ ਹੋ ਰਹੀ ਹੈ ਇੱਥੇ ਜੋ ਬਾਈਡਨ ਨੂੰ ਸਪੋਰਟ ਕਰੀਏ ਜਾਂ ਫਿਰ ਅਸੀਂ ਸਪੋਰਟ ਕਰੀਏ ਡੋਨਲਡ ਟਰੰਪ ਨੂੰ ਇਹਨੂੰ ਲੈ ਕੇ ਇਸ ਮੁੱਦੇ ਨੂੰ ਜਾਰੀ ਰੱਖਿਆ ਹੋਇਆ ਮੇਰੇ ਨਾਲ ਪੈਨਲਿਸਟ ਮੌਜੂਦ ਨੇ ਸਿੱਧਾ ਉਹਨਾਂ ਦੇ ਕੋਲ ਲੈ ਕੇ ਚੱਲਦਾ ਸੋ ਮੈਂ ਇਸ ਅਖੀਰਲੇ ਸੈਗਮੈਂਟ ਦੇ ਵਿੱਚ ਜਿਵੇਂ ਕਿਹਾ ਕਿ ਸਾਰਿਆਂ ਦੇ ਕੋਲ ਦੋ ਦੋ ਮਿੰਟ ਹੋਣਗੇ ਆਪਣੀ ਉਹ ਗੱਲ ਰੱਖ ਸਕਦੇ ਨੇ ਸੋ ਨਜ਼ਰ ਸਾਹਿਬ ਅਸੀਂ ਕਈ ਸਾਰੇ ਮੁੱਦੇ ਰੱਖੇ ਸੋ ਸਭ ਤੋਂ ਪਹਿਲਾਂ ਮੈਂ ਜ਼ਰੂਰ ਜਾਣਾ ਚਾਹਾਂਗਾ ਕਿ ਇੱਕ ਤਾਂ ਹੇਟ ਕ੍ਰਾਈਮ ਦੀ ਗੱਲ ਹੋਈ ਉੱਥੇ ਦੂਜੇ ਪਾਸੇ ਗੱਲ ਕੀਤੀ ਕਿ ਜਿਹੜਾ ਓਬਾਮਾਜ਼ ਅਫੋਰਡੇਬਲ ਕੇਅਰ ਐਕਟ ਹੈਗਾ ਉਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੇ ਕਿਹਾ ਕਿ ਦੇਰ ਇਜ਼ ਨੋ ਕੰਪ੍ਰੀਹੈਂਸਿਵ ਪਲਾਨ ਟੂ ਚੇਂਜ ਦੈਟ ਯੂ ਨੋ ਦਿਸ ਕੇਅਰ ਐਕਟ ਸੋ ਹੋਰ ਕੀ ਤੁਹਾਨੂੰ ਲੱਗਦਾ ਕਿ ਕਿਸ ਤਰੀਕੇ ਦੀ ਜ਼ਰੂਰਤ ਹੈਗੀ ਹੈ ਹੁਣ ਇਸ ਇਕਨੋਮੀ ਨੂੰ ਹੋਰ ਬਿਹਤਰ ਕਰਨ ਦੇ ਲਈ ਸਰ ਇਹਦੇ ਵਿੱਚ ਜਿਹੜੀ ਅਸੀਂ ਓਬਾਮਾ ਕੇਅਰ ਦੀ ਲੈ ਕੇ ਚੱਲੀਏ ਨਾ ਓਬਾਮਾ ਕੇਅਰ ਵੀ ਇੰਨਾ ਸਫੀਸ਼ੀਐਂਟ ਨਹੀਂ ਹੈਗਾ ਅਗਰ ਸਟੇਟ ਜਿਹੜਾ ਜਦੋਂ ਵੀ ਕੋਈ ਵੀ ਓਬਾਮਾ ਕੇਅਰ ਅਪਲਾਈ ਕਰਦਾ ਉਹਦੀ ਗਾਈਡਲਾਈਨਸ ਹੁੰਦੀਆਂ ਆ ਜੇਕਰ ਬੰਦਾ ਉਹ $1.5 lakh ਕਮਾਉਣ ਵਾਲਾ ਉਹਨੂੰ ਵੀ ਅਸੀਂ ਕੀ ਗੱਲ ਆਫਰ ਕਰਨਾ ਚਾਹੁੰਦੇ ਹਾਂ ਓਬਾਮਾ ਕੇਅਰ ਕੀ ਅਸੀਂ ਸਿਰਫ ਉਹੀ ਆਫਰ ਕਰਨਾ ਚਾਹੁੰਦੇ ਜਿਹੜੇ ਗਾਈਡਲਾਈਨਸ ਯੂ ਨੋ ਦੋ ਬੱਚੇ ਨੇ ਯੂ ਨੋ ਦੇਰ ਇਜ਼ ਸੋ ਮੈਨੀ ਗਾਈਡਲਾਈਨਸ ਟੂ ਫਾਲੋ ਓਬਾਮਾ ਕੇਅਰ ਕੀ ਉਹ ਸਫੀਸ਼ੀਐਂਟ ਹੈ ਨਹੀਂ ਕੀ ਜਿਹੜਾ ਉਹਨਾਂ ਕੋਲ ਦੂਜਿਆਂ ਕੋਲ ਹੈ ਆਫਰ ਕਰਨ ਵਾਸਤੇ ਕੀ ਉਹ ਸਫੀਸ਼ਨ ਹੈ ਨਹੀਂ ਬਿਕੋਜ਼ ਇਹ ਜਿਹੜੀ ਯੂਨੀਵਰਸਲ ਮੈਡੀਕੇਡ ਕਵਰੇਜ ਦੀ ਗੱਲ ਹੈ ਨਾ ਇਹ ਕੋਈ ਇਸ ਤਰ੍ਹਾਂ ਨਹੀਂ ਹੈ ਵੀ ਮੇਰਾ ਚੰਗਾ ਤੇ ਤੁਹਾਡਾ ਚੰਗਾ ਇਹਦੇ ਲਈ ਬਹੁਤ ਜ਼ਿਆਦਾ ਸੈਕਰੀਫਾਈਸ ਕਰਨਾ ਪੈਂਦਾ ਜਿਹੜਾ ਸਭ ਤੋਂ ਵੱਡਾ ਸੈਕਰੀਫਾਈਸ ਹੈ ਮੈਡੀਕੇਸ਼ਨਸ ਦਾ ਜਿਹੜੀਆਂ ਕਿ ਪ੍ਰਿਸਕ੍ਰਿਪਸ਼ਨ ਜਿਹੜੀਆਂ ਹੈ ਬਹੁਤ ਮਹਿੰਗੀਆਂ ਹੁੰਦੀਆਂ ਸੋ ਇਹਦੇ ਵਿੱਚ ਦੇਅਰ ਸੋ ਮੈਨੀ ਫੈਕਟਰਸ ਵੀ ਕੈਨ ਰੀਲੀ ਸਿੱਖਾਂ ਦੇ ਲਈ ਡੋਨਲਡ ਟਰੰਪ ਕਿਉਂ ਵਚਨਬੰਦ ਹੋਣਗੇ ਕੀ ਖਾਸ ਉਹਨਾਂ ਦੇ ਵਿੱਚ ਕਿ ਅਸੀਂ ਸਿੱਖ ਡੋਨਲਡ ਟਰੰਪ ਜਿਹੜੇ ਸਿੱਖ ਜਿਹੜੇ ਨੇ ਉਹ ਡੋਨਲਡ ਟਰੰਪ ਨੂੰ ਵੋਟ ਪਾਉਣ ਜਾਂ ਪੰਜਾਬੀ ਜਿਹੜੇ ਨੇ ਡੋਨਲਡ ਟਰੰਪ ਨੂੰ ਵੋਟ ਪਾਉਣ ਦੇਖੋ ਹੁਣ ਇਹਨੂੰ ਅਸੀਂ ਕਈ ਤਰੀਕੇ ਨਾਲ ਦੇਖ ਸਕਦੇ ਹਾਂ ਜੇ ਅਸੀਂ ਹੁਣ ਸਮਾਲ ਬਿਜ਼ਨਸ ਬੇਸ ਤੇ ਦੇਖੀਏ ਮੈਂ ਸਿਰਫ ਇੱਕ ਛੋਟਾ ਜਿਹਾ ਰੀਜ਼ਨ ਦਊਂਗਾ ਕਿ ਜਦੋਂ ਕੋਈ ਵੀ ਗਵਰਨਮੈਂਟ ਆਉਂਦੀ ਆ ਉਹਨਾਂ ਨੇ ਪਾਲਿਸੀਜ਼ ਬਣਾਉਣੀਆਂ ਹੁੰਦੀਆਂ ਲਾਅਸ ਬਣਾਉਣੇ ਹੁੰਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਸਟਰਗਲ ਕਰਕੇ ਕਾਂਗਰਸ ਦੇ ਨਾਲ ਨੈਗੋਸ਼ੀਏਸ਼ਨ ਦੂਜੀ ਪਾਰਟੀ ਦੇ ਨਾਲ ਨੈਗੋਸ਼ੀਏਸ਼ਨ ਕਰਕੇ ਉਹ ਇਨ ਦ ਮਿਡਲ ਦੇ ਮੀਰਾ ਸੋ ਹੁਣ ਉਹ ਉੱਥੇ ਤੱਕ ਆ ਚੁੱਕੀ ਆ ਦੋਨੀਆਂ ਪਾਰਟੀਆਂ ਕਿ ਟਰੰਪ ਨੇ ਜੋ ਮੰਗਿਆ ਸੀ ਉਹਨੂੰ ਨਹੀਂ ਮਿਲਿਆ ਪਰ ਉਹਨਾਂ ਨੇ ਨੈਗੋਸ਼ੀਏਟ ਕਰਕੇ ਕਿਸੇ ਲੈਵਲ ਦੇ ਉੱਤੇ ਮੋਰ ਦੈਨ 50% ਡੀਲਸ ਆ ਡਨ ਨਾ ਜਿਹੜੇ ਨੈਕਸਟ 4 ਇਅਰਸ ਹੈ ਉਹਨਾਂ ਨੂੰ ਇੰਪਲੀਮੈਂਟੇਸ਼ਨ ਕਰਨ ਦਾ ਟਾਈਮ ਹੈ ਅਗਰ ਉਹਨੂੰ ਇੰਪਲੀਮੈਂਟੇਸ਼ਨ ਕਰਨ ਦੀ ਬਜਾਏ ਅਸੀਂ ਦੂਜੀ ਪਾਰਟੀ ਸਿਲੈਕਟ ਕਰਦੇ ਹਾਂ ਤਾਂ ਹੁੰਦਾ ਕੀ ਹੈ ਕਿ ਉਹਨਾਂ ਨੇ ਫਿਰ ਉਹਨਾਂ ਨੂੰ ਢਾ ਢੂ ਕੇ ਫਿਰ ਦੁਬਾਰਾ ਆਪਣੇ ਮਰਜ਼ੀ ਨਾਲ ਇੰਪਲੀਮੈਂਟ ਕਰਨਾ ਸੋ ਬੇਸਿਕਲੀ ਅਨਦਰ 4 ਇਅਰਸ ਇਜ਼ ਵੇਸਟਡ ਟੂ ਮੇਕ ਅਨਦਰ ਲਾਜ਼ ਐਂਡ ਅਨਦਰ ਪਾਲਿਸੀਜ਼ ਸੋ ਵੇਅਰ ਆਰ ਵੀ ਗੋਇੰਗ ਵਿਦ ਦ ਇਕਨੋਮੀ ਵੀ ਗੋਇੰਗ ਬੈਕ ਥੈਂਕ ਯੂ ਜੀ ਸਰ when the policy is already in place thank it's you just the time to implement now thank you Ninjar Saab for your 2 minutes and other plus 30 seconds you have ravi ji you know kehdi assi policies di assi ja laws di assi Ninjar Saab gal karde ho ta mainu pata nahi kyunki assi Donald Trump ne koi bhi bill nahi pass kita koi bhi assi kuch nahi kita jehda assi is country vaste faydemand da ja assi sikha vaste assi faydemand da
ਅਸੀਂ ਜਿਹੜੇ ਅਸੀਂ 21 ਮਿਲੀਅਨ ਅਸੀਂ ਲੋਕਾਂ ਕੋਲ ਹੁਣ ਜੌਬਸ ਨਹੀਂ ਹੈਗੀ ਕਿਉਂਕਿ ਉਹਨਾਂ ਨੇ ਅਸੀਂ ਕੋਰੋਨਾ ਵਾਇਰਸ ਦੀ ਕੋਈ ਸੀਰੀਅਸ ਗੱਲ ਨਹੀਂ ਲਈ ਕਿ ਲੋਕਾਂ ਨੂੰ ਅਸੀਂ ਕਹਿੰਦੇ ਸੀ ਠੀਕ ਹੈ ਅਸੀਂ ਜਿਵੇਂ ਤੁਸੀਂ ਕਰੀ ਜਾਂਦੇ ਆ ਕਰੀ ਚੱਲੋ ਮੇਰੀ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਬਲੂ ਸਟੇਟਾਂ ਦੀ ਪ੍ਰੋਬਲਮ ਆ ਜਾਂ ਅਸੀਂ ਰੈਡ ਸਟੇਟਾਂ ਦੀ ਪ੍ਰੋਬਲਮ ਆ ਅਸੀਂ ਤੁਹਾਡੀ ਪ੍ਰੋਬਲਮ ਆ ਮੇਰੀ ਨਹੀਂ ਹੈਗੀ ਪਰ ਉਹਨਾਂ ਨੂੰ ਫਰਵਰੀ ਦਾ ਪਤਾ ਸੀ ਕਿ ਅਸੀਂ ਕਿੰਨੀ ਖਤਰਨਾਕ ਹੈਗੀ ਇਹ ਬਿਮਾਰੀ ਪਰ ਅਸੀਂ ਮਾਰਚ ਉਹ ਕਹਿ ਰਹੇ ਨੇ ਕਿ ਇੰਪਲੀਮੈਂਟ ਕਰਨ ਦੇ ਵਿੱਚ ਰਵੀ ਟਾਈਮ ਲੱਗੇਗਾ ਇੰਪਲੀਮੈਂਟ ਕਰਨ ਦੇ ਵਿੱਚ ਟਾਈਮ ਲੱਗੇਗਾ ਪਰ ਬਾਈਡਨ ਕੋਈ ਕਲਚਿਕ ਇੰਪਲੀਮੈਂਟ ਕੀ ਕਰਨਗੇ ਕੁਝ ਕੀਤਾ ਹੀ ਨਹੀਂ ਹੈਗਾ ਅਸੀਂ ਇੰਪਲੀਮੈਂਟ ਕੀ ਕਰਨਗੇ ਦੇਰ ਹੀ ਡਿਡਨਟ ਪਾਸ ਐਨੀ ਲਾਜ਼ ਅਸੀਂ ਜਿਹੜਾ ਐਕਟ ਲਾ ਪਾਸ ਕੀਤਾ ਅਸੀਂ ਟੈਕਸ ਲਾ ਦਾ ਉਹਨਾਂ ਨੇ ਆਪਦੇ ਵਾਸਤੇ ਫਾਇਦਾ ਕਰ ਲਿਆ ਅਸੀਂ ਸਾਡੇ ਵਾਸਤੇ ਤਾਂ ਕੋਈ ਫਾਇਦਾ ਨਹੀਂ ਹੋਇਆ ਅਸੀਂ ਆਪਣੇ ਅਸੀਂ ਵੱਡੇ ਅਸੀਂ ਕਾਰਪੋਰੇਸ਼ਨ ਬਸ ਜੋ ਬਾਈਡਨ ਨੂੰ ਅਸੀਂ ਕਿਉਂ ਸਪੋਰਟ ਕਰੀਏ ਜੋ ਬਾਈਡਨ ਨੂੰ ਕਿਉਂ ਵੋਟ ਦਈਏ ਅਸੀਂ ਕੋਈ ਫਾਇਦਾ ਨਹੀਂ ਹੋਇਆ ਅਸੀਂ ਦੱਸੋ ਕੀ ਕੀ ਇੰਪਲੀਮੈਂਟ ਕਰਨਗੇ ਸੇਮ ਕੁਐਸਚਨ ਗੋਸ ਟੂ ਯੂ ਜੋ ਬਾਈਡਨ ਨੂੰ ਕਿਉਂ ਸਪੋਰਟ ਕਰੀਏ ਰਵੀ ਕੈਨ ਯੂ ਹੀਅਰ ਮੀ ਆਮੀ ਓਕੇ ਵੀ ਆਈ ਗੈਸ ਸੌਰੀ ਲੁੱਕ ਜੋ ਬਾਈਡਨ ਕੇਅਰਸ ਹੀ ਕੇਅਰਸ ਅਬਾਊਟ ਦ ਕੰਟਰੀ ਟਰੰਪ ਨੇ ਅਸੀਂ ਆਪ ਅਸੀਂ ਜਿੱਤੇ ਅਸੀਂ 2016 ਇਲੈਕਸ਼ਨ ਲੋਕਾਂ ਨੂੰ ਅਸੀਂ ਭੜਕਾ ਕੇ ਲੋਕਾਂ ਨੂੰ ਡਿਵਾਈਡ ਕਰਕੇ ਜੋ ਬਾਈਡਨ ਇਜ਼ ਟ੍ਰਾਈਂਗ ਟੂ ਬ੍ਰਿੰਗ ਪੀਪਲ ਟੁਗੇਦਰ ਐਂਡ ਉਹਨਾਂ ਨੇ ਅਸੀਂ ਜਿਹੜੇ ਅਸੀਂ ਹੇਟ ਕ੍ਰਾਈਮਸ ਦੀ ਗੱਲ ਕਰ ਰਹੇ ਸੀਗੇ ਅਸੀਂ ਸਿੱਖਾਂ ਨੇ ਕਿੰਨੇ ਕਿੰਨੇ ਅਸੀਂ ਸਹੀ ਆ ਹੇਟ ਕ੍ਰਾਈਮਸ ਵਿਸਕਾਂਸਿਨ ਚ ਜਿਹੜੇ ਅਸੀਂ 2012 ਚ ਅਸੀਂ ਗੁਰਦੁਆਰੇ ਗੋਲੀਆਂ ਚੱਲੀਆਂ ਸੀਗੀਆਂ ਅਸੀਂ ਡੋਨਲਡ ਟਰੰਪ ਡਸਨਟ ਵਾਂਟ ਗਨ ਕੰਟਰੋਲ ਦਾ ਕੁਐਸਚਨ ਨਹੀਂ ਕਰਨਾ ਚਾਹੁੰਦਾ He doesn't want to help us and okay. we are victims of gun control too right. of gun violence too okay joe biden wants to help control that he wants to bring usiye chandia kesi jere undocumented immigrants hage usiye 11 million usiye us jo unwaste usiye kesi path to the us citizenship ticket he wants to reverse the policies that donald trump is putting kids in cages I'm sorry to cut you off but I have one point to ask Trump just came in 4 years ago. Biden been in the politics as even vice president, second head of the most powerful country. What he has done, can you at least, you know, we have to look at it that way. What he has Yeah, I'll tell you what he's done. Aapa lagda aapa English wala aapa English wala gear phad liya. Aapa English wala guys aapa English wala gear phad liya. Fair pay act to ensure women got equal pay. put in place the Violence Against Women Act, right. which Trump's administration let expire. So, yeah, he's done a lot in the 47 Satwant, years. Satwant. So immigration laws, yeah. like it, how do you think that will be banned? Okay, so your question, Harkirat, was about Affordable Care Act. Right. So why is this important, right? The reason why it's important is ਓਬਾਮਾ ਨੇ ਜੋ ਅਫੋਰਡੇਬਲ ਕੇਅਰ ਐਕਟ ਕੀਤਾ ਸੀ ਉਹ ਲੋਕਾਂ ਨੂੰ ਪ੍ਰੋਟੈਕਟ ਕਰਦੀ ਹੈ ਹੈਲਥ ਇੰਸ਼ੋਰੈਂਸ ਦਿੰਦੀ ਹੈ ਫੋਰ ਐਲਡਰਲੀ ਐਂਡ ਪੀਪਲ ਇਨ ਨੀਡ ਰਾਈਟ ਬਟ ਟਰੰਪ ਇਜ਼ ਟ੍ਰਾਈਂਗ ਟੂ ਡੂ ਇਜ਼ ਟਰੰਪ ਉਹਨੂੰ ਲੈ ਲੈਣਾ ਚਾਹੁੰਦਾ ਵਾਪਸ ਉਹ ਖਤਮ ਕਰ ਦਿੰਦਾ ਚਾਹੁੰਦਾ ਨਵੰਬਰ 10 ਨੂੰ ਸੁਪਰੀਮ ਕੋਰਟ ਦੇ ਵਿੱਚ ਉਹ ਆਰਗੂਮੈਂਟ ਕਰਨਗੇ ਕਿ ਇਸ ਨੂੰ ਕਿਉਂ ਖਤਮ ਕਰ ਦੇਣਾ ਚਾਹੀਦਾ ਨਾਲ ਹੀ ਨਾਲ ਉਹ ਆਰਗਿਊ ਕਰਨਗੇ ਕਿ ਜਿਹੜਾ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਪ੍ਰੋਟੈਕਸ਼ਨ ਹੈ ਉਹਨੂੰ ਕਿਉਂ ਖਤਮ ਕਰ ਦੇਣਾ ਚਾਹੁੰਦੇ ਨੇ ਉਹ ਉਹਨਾਂ ਦੇ ਕੋਲ ਕੋਈ ਪਾਲਿਸੀ ਨਹੀਂ ਹੈ ਕਿ ਉਹ ਕਿਸ ਤਰ੍ਹਾਂ ਜਿਹੜੇ ਅਨਇਨਸ਼ੋਰਡ ਲੋਕ ਨੇ ਉਹਨਾਂ ਨੂੰ ਕਿਸ ਤਰ੍ਹਾਂ ਇੰਸ਼ੋਰੈਂਸ ਪ੍ਰੋਵਾਈਡ ਕਰਨਗੇ ਉਹਨਾਂ ਦੇ ਕੋਲ ਕੋਈ ਪਲਾਨ ਨਹੀਂ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਹੈਲਥ ਪ੍ਰੋਵਾਈਡ ਕਰਨਗੇ 20 ਮਿਲੀਅਨ ਪੀਪਲ ਆਰ ਵਿਦਆਊਟ ਹੈਲਥ ਇੰਸ਼ੋਰੈਂਸ ਕਿਸੇ ਕੋਲ 20 ਮਿਲੀਅਨ ਲੋਕ ਨੇ ਜਿਨ੍ਹਾਂ ਦੇ ਕੋਲ ਹੈਲਥ ਇੰਸ਼ੋਰੈਂਸ ਨਹੀਂ ਹੈ ਉਸ ਤੋਂ ਬਾਅਦ ਵੀ ਇਸ ਲਾਅ ਨੂੰ ਪਾਸ ਹੋਣ ਤੋਂ ਬਾਅਦ ਹੋਰ ਵੀ ਲੋਕ ਹੋਣਗੇ ਜਿਨ੍ਹਾਂ ਕੋਲ ਹੈਲਥ ਇੰਸ਼ੋਰੈਂਸ ਨਹੀਂ ਹੋਏਗੀ ਇੱਥੇ ਮੈਡੀਕਲ ਟ੍ਰੀਟਮੈਂਟ ਲੈਣਾ ਤੇ ਮੈਡੀਸਨ ਲੈਣਾ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਕੋਈ ਵੀ ਅਫੋਰਡ ਨਹੀਂ ਕਰ ਪਾਉਂਦਾ ਸੋ ਜਿਨ੍ਹਾਂ ਨੂੰ ਹੈਲਪ ਮਿਲਦੀ ਹੈ ਉਹਨਾਂ ਦੀ ਹੈਲਪ ਵਾਪਸ ਲੈ ਲਈ ਜਾਏਗੀ ਆਫ ਕੋਰਸ ਵੀ ਕੈਨ ਨਾਟ ਸਪੋਰਟ ਟਰੰਪ ਨਾਓ ਜੋ ਬਾਈਡਨ ਵਾਸ ਬੈਕ ਮੈਂ ਆਵਾਂਗਾ ਸਤਵੰਤ ਇੱਕ ਮਿੰਟ ਆਵਾਂਗਾ ਕਾਲਰਸ ਕਾਫੀ ਸਾਰੇ ਨੇ ਉਹਨਾਂ ਨੂੰ ਵੀ ਆਪਾਂ ਸੁਣ ਲਈਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹੋ ਸਕਰਮੈਂਟ ਤੋਂ ਬੋਲ ਰਹੇ ਹਾਂ ਜੀ ਕੀ ਕਹਿਣਾ ਚਾਹੋਗੇ ਕੁਝ ਤੁਸੀਂ ਸਿੱਖੀ ਤੇ ਟਰੰਪ ਦੀ ਗੱਲ ਕੀਤੀ ਆ ਜੀ ਦੇਰ ਇਜ਼ ਨੋ ਪੈਰਲਲਿਜ਼ਮ ਜੀ ਸਿੱਖੀ ਦੇ ਵਿੱਚ ਫੀਮੇਲ ਦੀ ਰਿਸਪੈਕਟ ਅਟਮੋਸਟ ਹੈ ਜੀ ਇਹਨੇ ਹੁਣ ਤੱਕ ਭੰਡਿਆ ਇਹਨਾਂ ਨੂੰ ਜੀ ਨੰਬਰ 2 ਇਹਦੇ ਜਿਹੜਾ 13 ਉਹ ਕਹਿੰਦੇ ਆ ਮੀ ਟੂ 13 ਲੜਕੀਆਂ ਨੂੰ ਇਹਨੇ ਦਰਬਿਆ ਹੈ ਜੀ ਇੱਕ ਕ੍ਰਿਮੀਨਲ ਅਫੈਂਸ ਆ ਇਹ ਤੀਜਾ ਇਹ ਸਾਡੀ ਸਿੱਖੀ ਦੇ ਵਿੱਚ ਤਾਂ ਸੱਚੋ ਹੀ ਸੱਚ ਨਿਬੜੇ ਮੈਂ ਤਾਂ ਇਹਦੇ ਕੋਲੋਂ ਸੱਚੀ ਗੱਲ ਕਦੇ ਸੁਣੀ ਨਹੀਂ ਪਿਛਲੇ 3.5 ਸਾਲਾਂ ਚ ਸੋ ਦੇਅਰਫੋਰ ਆਈ ਥਿੰਕ ਹੀ ਇਜ਼ ਨਾਟ ਏ ਪਰਸਨ ਹੂ ਸ਼ੁੱਡ lead our country. He has destroyed it. He has messed up with the COVID. He is not letting the testing, tracing,
quarantine in place. So he is responsible for that, at least 100,000 deaths. Okay. I'll say that. मेहरबानी थोड़ी सी कॉल करके अपने गल इत्थे रखी। रिजर साहब जवाब देना चाहोगे? हाँ जी, जवाब दे विच ए है कि जे असी कहीए ना कोविड 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 जदों कोई भी पेंडेमिक हिट हुंदा आ जिहदी कि रिसर्च हाले चल नहीं सी रही, कोई भी इस तरह की आ गई, उन्होंने एक महीना पहला दसिया ते सारे कहंदे ने ओह लेट हो गया बंद करन। पर की तुसीं इह सोचदे आ वी जे उहने हुण भी कीता आ ते उहदे नाल इकानमी दा किन्ना फर्क पिया, ते की ओह हुण भी ना करदा जां ओह एक महीना पहला करदा ते हुंदा की? इह तो असीं सारे इह कहंदे आ वी चाइना नूं बंद करन दे लई उहने एक महीना डिले कर दित्ता, पर नहीं, ये साड़ी जड़ी साड़ी ते खजल खराबी हुई है इन्नी, वो चाइना दे नाल फ्लाइट दे नाल बंद नहीं हुई, साड़े कोल जो कोविड दी आई हैगी आ खुले गफे आए जिन्हों कह दी वो सानू यूरोप तो ते इटली तो ज्यादा आया, साड़े चाइना तो नहीं सानू डायरेक्ट आया, सानू इटली तो ते यूरोप तो ज्यादा आया जिथे के साड़ियां फ्लाइट मोर दैन चाइना है। सो वी यू नो जो फैक्ट दे नाल चलन दी गल है, असीं ओके चाइना जो भी हो रहा, बट उस तो बाद भी जो होर पॉलिसीज ने लाइक इमिग्रेशन नू लाके ही हैज मेड सो मेनी बैड डिसीजंस, एग्जीक्यूटिव ऑर्डर्स जो पास किए ने, असीं सारे इमिग्रेंट्स हैं एंड वी आर here because of our parents and our grandparents, right? ते आज ऐसी कही है कि नहीं, immigrants नू बाहर काट दो, ते सिर्फ सारे Americans हाँ, ते वो जिहड़ियां policies है ना, वो wrong ने ना। ठीक है, ठीक है। इन्हां चीज़ां दे नाल साडी community नू बहुत ज़्यादा धक्का लगदा है, उन्हां दी जिहड़ी affordable जिहड़ी रवि closing comments दर्शक ने बिल्कुल रवि मेरे को समा नहीं है, नहीं तो मैं होर तुहानू सुनदा, पर साडे दर्शक जरूर तय करनगे। मैं दर्शकों नूं दस दवां कि 15 अक्टूबर नूं एक होर डिबेट होने वाली है, इट गोना बी द सैकेंड डिबेट, उस तो बाद भी जस पंजाबी अपनी जिम्मेवारी समझदा होया इस मंच नूं तैयार रखेगा। तुसीं अपने कमेंट्स मैनू harkeerat@justbroadcasting.com दे उत्ते info@justbroadcasting.com दे उत्ते लिख के भेज सकते हो। थैंक यू सो मच सुखजिंदर सिंह निज्जर, थैंक यू सो मच रवि कटारी, थैंक यू सो मच अटॉर्नी सतवंत कौर, मेहरबानी, धन्यवाद, सत श्री अकाल।